ਨਿਰਮਾਣਤਾ। ਜਿਵੇਂ 36 ਪ੍ਰਕਾਰ ਦੇ ਭੋਜਨ ਕਿਸੇ ਕੰਮ ਦੇ ਨਹੀਂ ਹੁੰਦੇ ਜੇ ਉਹਨਾਂ ਵਿੱਚ ਲੂਣ ਦੀ ਵਰਤੋਂ ਨਾ ਕੀਤੀ ਜਾਵੇ, ਬਿਲਕੁਲ ਉਸੇ ਤਰ੍ਹਾਂ ਭਗਤੀ ਜਾਂ ਬੰਦਗੀ ਨਿਰਮਾਣਤਾ ਤੋਂ ਬਿਨਾਂ ਬਿਲਕੁਲ ਫਿੱਕੀ ਤੇ ਬੇਸਵਾਦੀ ਹੋ ਜਾਂਦੀ ਹੈ ਅਤੇ ਆਪਣੇ ਮਨੋਰਥ ਤੱਕ ਨਹੀਂ ਪਹੁੰਚ ਸਕਦੀ। ਬੰਦਗੀ ਨੂੰ ਸਫਲਤਾ ਦੇ ਦਰਜੇ ਤੱਕ ਪਹੁੰਚਾਉਣ ਲਈ ਜਿੱਥੇ ਦ੍ਰਿੜਤਾ, ਅਰਦਾਸ ਅਤੇ ਸਿਮਰਨ ਦੀ ਲੋੜ ਹੈ, ਉੱਥੇ ਨਿਰਮਾਣਤਾ ਦੀ ਵੀ ਬਹੁਤ ਲੋੜ ਹੈ। ਬੰਦਗੀ ਨਿਰਮਾਣਤਾ ਤੋਂ ਸ਼ੁਰੂ ਹੁੰਦੀ ਹੈ ਤੇ ਨਿਰਮਾਣਤਾ ਤੇ ਹੀ ਖਤਮ ਹੁੰਦੀ ਹੈ। ਪਹਿਲੋਂ ਸਿੱਖ ਨਿਰਮਾਣ ਹੁੰਦਾ, ਫਿਰ ਉਸਦੀ ਨਿਰਮਾਣਤਾ ਅਰਦਾਸ ਜਾਂ ਅਰਜ਼ੋਈ ਦਾ ਰੂਪ ਧਾਰਨ ਕਰਦੀ ਹੈ। ਨਿਰਮਾਣ ਹੋ ਕੇ ਕੀਤੀਆਂ ਅਰਦਾਸਾਂ ਰੱਬੀ ਦਰਗਾਹ ਵਿੱਚ ਪਹੁੰਚਦੀਆਂ ਨੇ ਤੇ ਫਿਰ ਸਿੱਖ ਨੂੰ ਆਪਣੇ ਨਾਲੋਂ ਉੱਚੀ ਆਤਮਿਕ ਅਵਸਥਾ ਦੇ ਗੁਰਮੁਖ ਮਿਲਦੇ ਨੇ ਜੋ ਉਸ ਨੂੰ ਸਿਮਰਨ ਕਮਾਈ ਕਰਨ ਲਈ ਪ੍ਰੇਰਣਾ ਕਰਦੇ ਨੇ। ਸਿਮਰਨ ਕਮਾਈ ਕਰਦਾ ਕਰਦਾ ਗੁਰੂ ਕਾ ਸਿੱਖ ਆਪਣੇ ਅਤੇ ਵਾਹਿਗੁਰੂ ਦੇ ਅਟਲ ਰਿਸ਼ਤੇ ਤੋਂ ਜਾਣੂ ਹੋ ਜਾਂਦਾ ਹੈ। ਇਸ ਰੱਬੀ ਰਿਸ਼ਤੇ ਦੀ ਸਮਝ ਆ ਜਾਣ ਨਾਲ ਸਿੱਖ ਵਿੱਚ ਬੜੀਆਂ ਸ਼ਕਤੀਆਂ ਆ ਜਾਂਦੀਆਂ ਨੇ। ਇੱਥੇ ਪਹੁੰਚ ਕੇ ਸਿੱਖ ਦਾ ਡਾਢਾ ਇਮਤਿਹਾਨ ਹੁੰਦਾ ਹੈ। ਸ਼ਕਤੀਆਂ ਦੇ ਆਉਣ ਨਾਲ ਗੁਰਮੁਖ ਵਿੱਚ ਨਿਰਮਾਣਤਾ ਦੇ ਘਟਣ ਜਾਂ ਹੰਕਾਰ ਦੇ ਵਧਣ ਦਾ ਬਹੁਤ ਖਤਰਾ ਹੁੰਦਾ ਹੈ। ਇਸ ਅਵਸਥਾ ਵਿੱਚ ਪਹੁੰਚ ਕੇ ਉਹ ਗੁਰਸਿੱਖ ਸੱਚ ਦੀ ਖੋਜ ਨੂੰ ਕਾਇਮ ਰੱਖ ਸਕਦਾ ਹੈ ਜਿਸ ਨੂੰ ਸ਼ੁਰੂ ਤੋਂ ਹੀ ਨਿਰਮਾਣਤਾ ਦੀ ਗੁੜਤੀ ਮਿਲੀ ਹੋਵੇ ਤੇ ਜਿਸ ਨੂੰ ਸ਼ੁਰੂ ਤੋਂ ਦੱਸਿਆ ਤੇ ਦ੍ਰਿੜ ਕੀਤਾ ਗਿਆ ਹੋਵੇ ਕਿ ਆਤਮਾ ਖੋਜ ਦੇ ਹਰ ਹਿੱਸੇ ਵਿੱਚ ਨਿਰਮਾਣਤਾ ਦਾ ਪੱਲਾ ਨਹੀਂ ਛੱਡਣਾ। ਸ਼ਕਤੀਆਂ ਦੀ ਅਵਸਥਾ ਵਿੱਚੋਂ ਲੰਘਦਿਆਂ ਵੀ ਜਿਹੜਾ ਗੁਰੂ ਕਾ ਸਿੱਖ ਨਿਰਮਾਣਤਾ ਨੂੰ ਨਹੀਂ ਛੱਡਦਾ ਉਸ ਨੂੰ ਫਿਰ ਇਹ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਗੁਰੂ ਘਰ ਵਿੱਚ ਕਿਉਂ ਬੰਦਗੀ ਜਾਂ ਸਿਮਰਨ ਵਾਸਤੇ ਨਿਰਮਾਣਤਾ ਉੱਤੇ ਇੰਨਾ ਜ਼ੋਰ ਕਿਉਂ ਦਿੱਤਾ ਗਿਆ। ਜਿਵੇਂ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲਾਂ ਸਿਰਫ ਇਹੋ ਹੀ ਪਤਾ ਹੁੰਦਾ ਕਿ 2 × 2 = 4 ਹੁੰਦੇ ਨੇ, ਇਹ ਨਹੀਂ ਪਤਾ ਹੁੰਦਾ ਕਿ 4 ਕਿਉਂ ਹੋਣੇ ਚਾਹੀਦੇ ਨੇ ਤੇ 2 × 4 ਤੋਂ ਸਿਵਾ ਕਿਉਂ ਹੋਰ ਕੁਝ ਹੋ ਹੀ ਨਹੀਂ ਸਕਦਾ। ਇਸੇ ਤਰ੍ਹਾਂ ਬੰਦਗੀ ਅਥਵਾ ਸਿਮਰਨ ਦੀ ਸਿਖਰ ਦੀ ਅਵਸਥਾ ਤੇ ਪਹੁੰਚ ਕੇ ਗੁਰਸਿੱਖ ਨੂੰ ਪਤਾ ਲੱਗ ਜਾਂਦਾ ਕਿ ਆਤਮਿਕ ਖੋਜ ਵਿੱਚ ਕਿਉਂ ਨਿਰਮਾਣਤਾ ਤੇ ਇੰਨਾ ਜ਼ੋਰ ਦਿੱਤਾ ਗਿਆ ਸੀ, ਕਿਉਂ ਉਸ ਨਾਲ ਸ਼ੁਰੂ ਵਿੱਚ ਹੀ ਇਹ ਸ਼ਰਤ ਲਾਈ ਗਈ ਸੀ, ਹੋ ਸਭਨਾ ਕੀ ਰੇਣੁਕਾ ਤਾਉ ਆਓ ਹਮਾਰੇ ਪਾਸ। ਗੁਰੂ ਘਰ ਵਿੱਚ ਸਿੱਖ ਦਾ ਆਦਰਸ਼ ਰੂਪ ਵਾਹਿਗੁਰੂ ਰੂਪ ਹੋ ਕੇ ਜਾਂ ਵਾਹਿਗੁਰੂ ਵਰਗਾ ਬਣ ਕੇ ਵਾਹਿਗੁਰੂ ਵਿੱਚ ਸਮਾ ਜਾਣਾ। ਗੁਰੂ ਘਰ ਵਿੱਚ ਸਿੱਖ ਦਾ ਆਦਰਸ਼ ਵਾਹਿਗੁਰੂ ਦਾ ਰੂਪ ਹੋ ਕੇ ਜਾਂ ਵਾਹਿਗੁਰੂ ਵਰਗਾ ਬਣ ਕੇ ਵਾਹਿਗੁਰੂ ਵਿੱਚ ਸਮਾ ਜਾਣਾ ਹੁੰਦਾ। ਸਿੱਖ ਜਦੋਂ ਬੰਦਗੀ ਕਰਦਾ ਵਾਹਿਗੁਰੂ ਦੇ ਇੰਨੇ ਨੇੜੇ ਪਹੁੰਚ ਜਾਏ ਕਿ ਵਾਹਿਗੁਰੂ ਉਸ ਨੂੰ ਪ੍ਰਤੱਖ ਦਿਸੇ ਤਾਂ ਉਸ ਨੂੰ ਇਹ ਵੇਖ ਕੇ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਕਿ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਕਰਤਾ, ਸਭ ਸ਼ਕਤੀਆਂ ਦਾ ਸੋਮਾ,
ਪੂਰਨ, ਸਮਰੱਥ ਅਤੇ ਸਰਵਸ਼ਕਤੀਮਾਨ ਹੋਣ ਦੇ ਬਾਵਜੂਦ ਵੀ ਅਤਿਅੰਤ ਨਿਰਮਾਣ ਹੈ। ਇੰਨਾ ਨਿਰਮਾਣ ਹੈ ਕਿ ਉਸ ਵਰਗੀ ਨਿਰਮਾਣ ਹਸਤੀ ਇਸ ਜਗਤ ਵਿੱਚ ਦਿਸਦੀ ਹੀ ਨਹੀਂ। ਫਿਰ ਇਹ ਵੀ ਭੇਦ ਖੁੱਲ ਜਾਂਦਾ ਹੈ ਕਿ ਸਰਵਸ਼ਕਤੀਮਾਨਤਾ ਸਿਵਾਏ ਨਿਰਮਾਣਤਾ ਦੇ ਭਾਂਡੇ ਤੋਂ ਹੋਰ ਕਿਤੇ ਸਮਾਈ ਨਹੀਂ ਸਕਦੀ। ਤੇ ਵਾਹਿਗੁਰੂ ਵੀ ਸ਼ਕਤੀਮਾਨ ਇਸੇ ਲਈ ਹੈ ਕਿ ਉਹ ਬਿਲਕੁਲ ਪੂਰਨ ਰੂਪ ਵਿੱਚ ਨਿਰਮਾਣ ਹੈ। ਜਦੋਂ ਸਿੱਖ ਨੂੰ ਅਭਿਆਸ ਦੁਆਰਾ ਵਾਹਿਗੁਰੂ ਦੇ ਸੁਭਾਅ ਦਾ ਨਿਰਮਾਣ ਹੋਣ ਵਾਲਾ ਅੰਗ ਸਾਫ ਦਿਸ ਪਵੇ ਤਾਂ ਕੁਦਰਤੀ ਤੌਰ ਤੇ ਉਹ ਵਾਹਿਗੁਰੂ ਦਾ ਰੂਪ ਹੋਣ ਲਈ ਅਤਿਅੰਤ ਨਿਰਮਾਣ ਹੋਣਾ ਸ਼ੁਰੂ ਕਰਦਾ ਹੈ। ਹੁਣ ਉਸ ਨੂੰ ਭਗਤ ਕਬੀਰ ਸਾਹਿਬ ਦੇ ਇਸ ਕਥਨ ਵਿੱਚੋਂ ਵਿਗਿਆਨਕ ਸੱਚਾਈ ਨਜ਼ਰ ਆਉਂਦੀ ਹੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਸਤੀ ਚੁਣਿਓ ਨਾ ਜਾਏ, ਕਹਿ ਕਬੀਰ ਕੁੱਲ ਜ਼ਾਤ ਪਾਤ ਤਜ, ਚੀਟੀ ਹੋਏ ਚੁਣ ਖਾਏ। ਇਹ ਖਿਆਲ ਗਲਤ ਹੈ ਕਿ ਨਿਰਮਾਣਤਾ ਬੰਦੇ ਨੂੰ ਕਮਜ਼ੋਰ ਜਾਂ ਬੁਜ਼ਦਲ ਬਣਾ ਦਿੰਦੀ ਹੈ। ਕਮਜ਼ੋਰ ਇਨਸਾਨ ਅਸਲ ਅਰਥਾਂ ਵਿੱਚ ਨਿਰਮਾਣ ਹੋ ਹੀ ਨਹੀਂ ਸਕਦਾ। ਚੇਤੇ ਰਵੇ ਕਿ ਨਿਰਮਾਣਤਾ ਅਤੇ ਕਮਜ਼ੋਰੀ ਵਿੱਚ ਬਹੁਤ ਫਰਕ ਹੁੰਦਾ ਹੈ। ਜਿੱਥੇ ਕਮਜ਼ੋਰੀ ਹੋਵੇ, ਨਿਰਬਲਤਾ ਹੋਵੇ, ਉੱਥੇ ਨਿਰਮਾਣ ਹੋਣ ਦਾ ਸਵਾਲ ਹੀ ਨਹੀਂ ਹੋ ਸਕਦਾ। ਮਾਣ ਕਰਨ ਦੇ ਸਭ ਸਮਾਨ ਮੌਜੂਦ ਹੁੰਦਿਆਂ ਮਾਣ ਨਾ ਕਰਨਾ, ਇਹ ਨਿਰਮਾਣਤਾ ਹੁੰਦੀ ਹੈ। ਤੇ ਗੁਰੂ ਘਰ ਵਿੱਚ ਇਸੇ ਨਿਰਮਾਣਤਾ ਤੇ ਹੀ ਜ਼ੋਰ ਦਿੱਤਾ ਗਿਆ। ਜਿਵੇਂ ਭਾਈ ਗੁਰਦਾਸ ਜੀ ਆਖਦੇ ਨੇ, ਹਉ ਤਿਸ ਵਿੱਟੋਂ ਵਾਰਿਆ ਹੁੰਦਾ ਤਾਣ ਜੋ ਹੋਏ ਨਿਤਾਣਾ, ਹਉ ਤਿਸ ਵਿੱਟੋਂ ਵਾਰਿਆ ਹੁੰਦਾ ਮਾਣ ਜੋ ਹੋਏ ਨਿਮਾਣਾ, ਹਉ ਤਿਸ ਵਿੱਟੋਂ ਵਾਰਿਆ ਛੱਡ ਸਿਆਣਪ ਹੋਏ ਇਆਣਾ। ਫਿਰ ਐਸਾ ਵਿਅਕਤੀ ਹੀ ਦੀਨ ਦੁਨੀ ਦਰਗਾਹ ਪ੍ਰਵਾਣਾ। ਤਾਂ ਇਸ ਤਰ੍ਹਾਂ ਕਹਿ ਲਈਏ ਕਿ ਨਿਰਮਾਣਤਾ ਸਗੋਂ ਕਮਜ਼ੋਰੀ ਦੇ ਉਲਟ ਇੱਕ ਬੜੀ ਵੱਡੀ ਸ਼ਕਤੀ ਹੈ, ਜਿਸ ਸ਼ਕਤੀ ਅੱਗੇ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਨੂੰ ਝੁਕਣਾ ਪੈਂਦਾ। ਜਿਹੜਾ ਬੰਦਾ ਤਾਕਤ ਨਾਲ ਦੁਨੀਆਂ ਨੂੰ ਜਿੱਤਦਾ ਉਹ ਤਾਕਤਵਰ ਅਖਵਾਉਂਦਾ, ਪਰ ਜਿਹੜਾ ਨਿਰਮਾਣਤਾ ਨਾਲ ਆਪਣਾ ਆਪਾ ਜਿੱਤਦਾ ਉਹ ਮਹਾਂਪੁਰਸ਼ ਅਖਵਾਉਂਦਾ। ਤਾਕਤਵਰ ਪੁਰਸ਼ ਵਡੇਰੀ ਤਾਕਤ ਤੋਂ ਹਾਰ ਸਕਦਾ, ਪਰ ਨਿਰਮਾਣ ਬੰਦੇ ਨੂੰ ਦੁਨੀਆਂ ਦੀ ਕੋਈ ਸ਼ਕਤੀ ਨਹੀਂ ਹਰਾ ਸਕਦੀ। ਹਾਂ, ਨਿਰਮਾਣ ਬੰਦੇ ਦੀ ਜ਼ਾਹਿਰਾ ਹਾਰ ਹੀ ਸਗੋਂ ਉਸ ਦੀ ਜਿੱਤ ਬਣ ਜਾਂਦੀ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੰਦੂ ਵਰਗੇ ਬੇਸਮਝ ਲੋਕ ਹਾਰ ਗਿਆ ਸਮਝਦੇ ਸਨ, ਪਰ ਗੁਰੂ ਅਰਜਨ ਦੇਵ ਦੀ ਉਹ ਵਾਲੀ ਹਾਰ ਸਗੋਂ ਸਦੀਵੀ ਜਿੱਤ ਹੋ ਗਈ। ਗੁਰੂ ਜੀ ਦੀ ਸ਼ਹੀਦੀ ਸਿਰਫ ਗੁਰੂ ਜੀ ਨੂੰ ਅਮਰ ਹੀ ਨਹੀਂ ਕਰ ਗਈ, ਸਗੋਂ ਗੁਰੂ ਘਰ ਵਿੱਚ ਬੇਅੰਤ ਸ਼ਹੀਦੀਆਂ ਦਾ ਬੀਜ ਬੀਜ ਗਈ। ਚੰਦੂ ਦਾ ਮਨੋਰਥ ਗੁਰੂ ਅਰਜਨ ਦੇਵ ਦੇ ਹਿਰਦੇ ਵਿੱਚੋਂ ਨਿਰਬਲਤਾ ਜਾਂ ਕਮਜ਼ੋਰੀ ਲੱਭ ਕੇ ਉਸ ਦੇ ਸਹਾਰੇ ਆਪਣਾ ਸਵਾਰਥ ਪੂਰਾ ਕਰਨਾ ਸੀ। ਪਰ ਜਿਵੇਂ ਆਪਾਂ ਵਿਚਾਰ ਚੁੱਕੇ ਹਾਂ, ਨਿਰਮਾਣਤਾ ਵਾਲੀ ਥਾਂ ਤੇ ਨਿਰਬਲਤਾ ਤੇ ਸਗੋਂ ਟੇਕੀ ਨਹੀਂ ਨਾ ਸਕਦੀ। ਚੰਦੂ ਨੂੰ ਆਪਣੇ ਮਨੋਰਥ ਵਿੱਚ ਨਾਕਾਮਯਾਬੀ ਹੋਈ ਤੇ ਗੁਰੂ ਅਰਜਨ ਦੇਵ ਦੇ ਜੀਵਨ ਵਿੱਚੋਂ ਤੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚੋਂ
ਕੋਈ ਕਮਜ਼ੋਰੀ ਦੀ ਬਜਾਏ ਉਸ ਨੂੰ ਸਤਿਗੁਰੂ ਦੇ ਹਿਰਦੇ ਵਿੱਚੋਂ ਨਿਰਮਾਣਤਾ ਤੇ ਇਸ ਨਿਰਮਾਣਤਾ ਦੇ ਨਾਲ ਇਸ ਦੇ ਪਿੱਛੇ ਲੁਕੀ ਹੋਈ ਵਾਹਿਗੁਰੂ ਦੀ ਸਰਵ ਸ਼ਕਤੀ ਮਾਨਤਾ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਸਾਹਮਣੇ ਉਬਲਦਾ ਹੋਇਆ ਪਾਣੀ, ਸੜਦੀ ਹੋਈ ਰੇਤ ਤੇ ਭਖ ਰਹੇ ਲੋਹੇ ਦੇ ਤਵੇ ਵੀ ਨਿਰਬਲ ਸਨ। ਇਸੇ ਲਈ ਗੁਰੂ ਜੀ ਆਖਦੇ ਨੇ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗੈ ਕੋ ਨਾ ਟਿਕੈ ਵਿਕਾਰੀ। ਤਿਆਗ ਦਾ ਸੰਬੰਧ ਦਿਲ ਨਾਲ ਏ, ਸ਼ਕਲ ਭੇਖ ਜਾਂ ਪਹਿਰਾਵੇ ਨਾਲ ਨਹੀਂ। ਇੱਕ ਨੰਗਾ ਜਾਂ ਪਿੰਡੇ ਤੇ ਸਵਾਹ ਮਲ ਕੇ ਜੰਗਲ ਵਿੱਚ ਬੈਠਾ ਸਾਧੂ ਵੀ ਅੰਦਰੋਂ ਦੁਨੀਆਦਾਰ ਤੇ ਮਾਇਆਧਾਰੀ ਹੋ ਸਕਦਾ ਹੈ, ਤੇ ਇੱਕ ਰਾਜਾ ਦਿਨ ਰਾਤ ਮਾਇਆ ਨਾਲ ਖੇਡਦਾ ਹੋਇਆ ਵੀ ਅੰਦਰੋਂ ਸੱਚਾ ਤਿਆਗੀ ਹੋ ਸਕਦਾ ਹੈ। ਇਸ ਦਾ ਭਾਵ ਇਹ ਹਰਗਿਜ਼ ਨਹੀਂ ਕਿ ਸਾਰੇ ਫਕੀਰ, ਸੰਤ ਜਾਂ ਮਹਾਤਮਾ ਝੂਠੇ, ਪਖੰਡੀ ਤੇ ਮਾਇਆਪ੍ਰਸਤ ਹੁੰਦੇ ਨੇ ਜਾਂ ਸਾਰੇ ਦੁਨੀਆਦਾਰ ਹੀ ਤਿਆਗੀ ਹੁੰਦੇ ਨੇ। ਅਸਲੀ ਤਿਆਗ ਨਸੀਬਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ, ਭਾਵੇਂ ਉਹ ਗ੍ਰਸਥੀ ਹੋਣ ਜਾਂ ਸਾਧੂ। ਜੇ ਥੋੜਾ ਜਿਹਾ ਸੋਚੀਏ ਤਾਂ ਪਤਾ ਲੱਗੇਗਾ ਕਿ ਤਿਆਗ ਸਹੀ ਅਰਥਾਂ ਵਿੱਚ ਕਿਸੇ ਰੱਜੇ ਹੋਏ ਬੰਦੇ ਨੂੰ ਹੀ ਹਾਸਲ ਹੋ ਸਕਦਾ। ਦੁਨੀਆਂ ਵਿੱਚ ਕੰਗਾਲ ਤੋਂ ਲੈ ਕੇ ਪਾਤਸ਼ਾਹ ਤੱਕ ਭੁੱਖੇ ਹੀ ਨਜ਼ਰ ਆਉਣਗੇ, ਭਾਵੇਂ ਭੁੱਖ ਦੀਆਂ ਅਣਗਿਣਤ ਕਿਸਮਾਂ ਹੋਣ ਪਰ ਸਾਰੀ ਦੁਨੀਆ ਭੁੱਖੀ ਹੀ ਦਿਸੇਗੀ। ਕੋਈ ਰੋਟੀ ਮੰਗਦਾ, ਕੋਈ ਪੈਸਾ, ਕੋਈ ਔਲਾਦ, ਕੋਈ ਇੱਜ਼ਤ, ਕੋਈ ਤਾਕਤ ਮੰਗਦਾ, ਸਿਹਤ ਜਾਂ ਸ਼ੋਹਰਤ ਮੰਗਦਾ, ਸੁੱਖ ਜਾਂ ਆਰਾਮ, ਇਹ ਸਭ ਵੱਖ ਵੱਖ ਭੁੱਖਾਂ ਦੇ ਨਾਮ ਨੇ। ਜਿਸ ਨੇ ਸਾਰੀ ਦੁਨੀਆ ਨੂੰ ਹੀ ਭੁੱਖਿਆਂ ਬਣਾ ਰੱਖਿਆ। ਰੱਜੀ ਹੋਈ ਨਿਗਾਹ ਵਾਲੇ ਸੰਤੋਖੀ ਬੰਦੇ ਕਿਤੇ ਕਿਤੇ ਟਾਵੇਂ ਟਾਵੇਂ ਹੀ ਮਿਲਣਗੇ, ਕਿਉਂਕਿ ਪ੍ਰਤੱਖ ਸ਼ਕਲ ਤੋਂ ਦਿਲ ਦਾ ਅੰਦਾਜ਼ਾ ਠੀਕ ਨਹੀਂ ਲੱਗ ਸਕਦਾ। ਇਸ ਵਾਸਤੇ ਸੱਚੇ ਤਿਆਗੀ ਦੀਆਂ ਨਿਸ਼ਾਨੀਆਂ ਦੱਸੀਆਂ ਮੁਸ਼ਕਲ ਨੇ। ਮੈਂ ਕਈ ਵੱਖ ਵੱਖ ਹਾਲਤਾਂ ਵਿੱਚ ਰਹਿੰਦੇ ਤਿਆਗੀ ਵੀ ਵੇਖੇ ਨੇ, ਅਮੀਰ ਤਿਆਗੀ ਵੀ ਵੇਖੇ ਨੇ, ਪਰ ਬਹੁਤ ਥੋੜੇ ਫਕੀਰ ਤਿਆਗੀ ਵੀ ਵੇਖੇ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਮਨ ਸ਼ਾਂਤ ਹੋ ਜਾਂਦਾ ਸੀ। ਕਲਕੱਤੇ ਵਿੱਚ ਇੱਕ ਫਕੀਰ ਸਨ, ਉਹਨਾਂ ਨੇ ਬਾਜ਼ਾਰ ਵਿੱਚ ਬੈਠੇ ਰਹਿਣਾ। ਮੈਂ ਸਹਿਜ ਸੁਭਾਅ ਉਹਨਾਂ ਨੂੰ ਇੱਕ ਦਿਨ 4 ਪੈਸੇ ਦਿੱਤੇ ਤੇ ਉਹਨਾਂ ਨੇ 4 ਪੈਸੇ ਲੈ ਕੇ 2 ਪੈਸੇ ਮੇਰੇ ਸਾਹਮਣੇ ਹੀ ਬਾਜ਼ਾਰ ਵਿੱਚ ਸੁੱਟ ਦਿੱਤੇ ਤੇ 2 ਪੈਸਿਆਂ ਦੀ ਸਾਹਮਣੇ ਤੰਦੂਰ ਤੋਂ ਲੈ ਕੇ ਰੋਟੀ ਖਾ ਲਈ। ਮੈਂ ਅਜ਼ਮਾਉਣ ਦੇ ਵਾਸਤੇ ਫਿਰ ਕੁਝ ਦਿਨਾਂ ਮਗਰੋਂ 8 ਪੈਸੇ ਇਸੇ ਫਕੀਰ ਨੂੰ ਦਿੱਤੇ ਤੇ ਉਸਨੇ ਬਿਨਾਂ ਮੇਰੇ ਵੱਲ ਵੇਖਣ ਦੇ 2 ਪੈਸੇ ਰੱਖ ਕੇ ਬਾਕੀ ਦੇ ਪੈਸੇ ਦੂਰ ਵਗਾ ਕੇ ਮਾਰੇ। ਇਸ ਵਾਰ ਉਹ ਆਪ ਇੱਕ ਮੈਦਾਨ ਵਿੱਚ ਬੈਠੇ ਹੋਏ ਸਨ ਤੇ ਫਿਰ ਇੱਕ ਪਾਸੇ ਤੁਰ ਪਏ। ਦੁਕਾਨ ਤੋਂ ਰੋਟੀ ਲੈ ਕੇ ਉੱਥੇ ਹੀ ਬਹਿ ਕੇ ਰੋਟੀ ਖਾ ਲਈ ਉਹਨੇ ਤੇ ਫਿਰ ਇੱਕ ਪਾਸੇ ਮੁੜ ਤੁਰੇ। ਥੋੜੀ ਦੂਰ ਜਾ ਕੇ ਮੈਂ ਉਹਨਾਂ ਨੂੰ ਪੁੱਛਿਆ
ਤੁਸੀਂ ਬਾਕੀ ਦੇ ਪੈਸੇ ਕਿਉਂ ਸੁੱਟ ਦਿੱਤੇ? ਰਾਤ ਦੀ ਰੋਟੀ ਵਾਸਤੇ ਰੱਖ ਲੈਂਦੇ, ਤੁਸੀਂ ਅਖੀਰ ਰਾਤ ਨੂੰ ਜਾਂ ਕੱਲ੍ਹ ਨੂੰ ਰੋਟੀ ਤੇ ਖਾਣੀ ਹੈ ਨਾ। ਉਸ ਵੇਲੇ ਉਸ ਫਕੀਰ ਨੇ ਮੇਰੇ ਵੱਲ ਪਹਿਲੀ ਵਾਰ ਤੱਕਿਆ ਤੇ ਆਖਣ ਲੱਗਾ, ਬੇਵਕੂਫਾ, ਕੀ ਰਾਤ ਨੂੰ ਜਾਂ ਕੱਲ ਨੂੰ ਰੱਬ ਮਰ ਜਾਏਗਾ? ਜਿਸ ਨਿਰਭੈ ਅਤੇ ਬੇਪਰਵਾਹ ਅੰਦਾਜ਼ ਵਿੱਚ ਉਸ ਮਹਾਤਮਾ ਨੇ ਮੈਨੂੰ ਇਹ ਗੱਲ ਗੁੱਸੇ ਨਾਲ ਕਹੀ, ਮੈਂ ਕਦੇ ਭੁੱਲ ਨਹੀਂ ਸਕਦਾ। ਉਹਨਾਂ ਦੇ ਇਸ ਬਚਨ ਵਿੱਚ ਇੱਕ ਬੜੀ ਡੂੰਗੀ ਗੱਲ ਸੀ, ਇੱਕ ਆਤਮਿਕ ਰਾਜ਼ ਜਿਹੜਾ ਉਸੇ ਵੇਲੇ ਮੇਰੀ ਸਮਝ ਵਿੱਚ ਆ ਗਿਆ। ਭਾਵੇਂ ਮੈਂ ਬੜਾ ਸੋਹਣਾ ਕੀਮਤੀ ਸੂਟ ਬੂਟ ਪਾ ਕੇ ਉਹਨਾਂ ਦੇ ਸਾਹਮਣੇ ਖੜਾ ਸਾਂ, ਪਰ ਉਹਨਾਂ ਦੀਆਂ ਅੱਖਾਂ ਵਿੱਚੋਂ ਉਹਨਾਂ ਦੀ ਨਿਰਲੇਪ ਆਤਮਾ ਮੇਰੀ ਕੀਮਤੀ ਪੁਸ਼ਾਕ ਦੇ ਥੱਲੇ ਮੇਰੀ ਘਟੀਆ ਤੇ ਦੁਨੀਆਦਾਰੀ ਵਾਲੀ ਆਤਮਾ ਨੂੰ ਵੇਖ ਰਹੀ ਸੀ ਤੇ ਕਿਸੇ ਬੇਮੁਥਾਜ ਪਾਤਸ਼ਾਹੀ ਵੱਲ ਖਿੱਚ ਰਹੀ ਸੀ। ਮੇਰੀ ਹਾਲਤ ਇੱਕ ਛਿਨ ਵਿੱਚ ਹੀ ਬਦਲ ਗਈ। ਮੈਂ ਆਪਣੇ ਆਪ ਨੂੰ ਫਕੀਰ ਤੇ ਕੰਗਾਲ ਸਮਝ ਰਿਹਾ ਸਾਂ ਤੇ ਉਸ ਫਕੀਰ ਨੂੰ ਪਾਤਸ਼ਾਹ ਮਹਿਸੂਸ ਕਰ ਰਿਹਾ ਸਾਂ। ਮੈਂ ਮੁਆਫ਼ੀ ਮੰਗ ਕੇ ਆਪਣੀ ਪੈਂਟ ਦੇ ਬੋਝਿਆਂ ਵਿੱਚ ਹੱਥ ਪਾ ਕੇ ਆਪਣੀ ਕਾਰ ਵਿੱਚ ਆ ਬੈਠਾ, ਪਰ ਮੈਂ ਹੀ ਜਾਣਦਾ ਕਿ ਉਸ ਫਕੀਰ ਦੇ ਉਹਨਾਂ ਗੁੱਸੇ ਭਰੇ ਲਫ਼ਜ਼ਾਂ ਵਿੱਚ ਕੀ ਜਾਦੂ ਸੀ। ਹਾਂ, ਫਿਰ ਉਸ ਫਕੀਰ ਦੇ ਕਦੇ ਦਰਸ਼ਨ ਨਹੀਂ ਹੋਏ। ਤਿਆਗ ਦੀਆਂ ਵੀ ਤਿੰਨ ਹਾਲਤਾਂ ਨੇ। ਪਹਿਲੀ ਹਾਲਤ, ਦੁਨੀਆ ਨੂੰ ਇੱਕ ਸੈਰਗਾਹ ਸਮਝਣਾ ਤੇ ਆਪਣੇ ਆਪ ਨੂੰ ਇਸ ਵਿੱਚ ਸੈਰ ਕਰਨ ਵਾਲਾ ਮੁਸਾਫਰ ਸਮਝਣਾ ਚਾਹੀਦਾ, ਜਿਸ ਵਿੱਚ ਸੈਰ ਕਰਨ ਦਾ ਮੌਕਾ ਵੀ ਵਾਹਿਗੁਰੂ ਵੱਲੋਂ ਮਿਲਿਆ ਤੇ ਉਸ ਦਾ ਸਦਾ ਧੰਨਵਾਦੀ ਰਹਿਣਾ ਚਾਹੀਦਾ। ਇਸ ਸੈਰਗਾਹ ਵਿੱਚ ਚੰਗੀਆਂ ਤੇ ਮਾੜੀਆਂ ਸਭ ਝਾਕੀਆਂ ਦੇ ਵਿੱਚੋਂ ਦੀ ਲੰਘ ਜਾਣਾ ਪਰ ਦਿਲ ਕਿਤੇ ਨਾ ਲਾਉਣਾ, ਇਹ ਗੱਲ ਹੀ ਠੀਕ ਹੈ। ਜਿਸ ਤਰ੍ਹਾਂ ਮੁਸਾਫਰ ਸਫ਼ਰ ਦੇ ਸਮੇਂ ਕਈ ਦਰਿਆਵਾਂ, ਪਹਾੜਾਂ, ਰੇਗਿਸਤਾਨਾਂ, ਮੈਦਾਨਾਂ ਜਾਂ ਸ਼ਹਿਰਾਂ ਵਿੱਚੋਂ ਲੰਘਦਾ, ਅਨੇਕਾਂ ਕਿਸਮਾਂ ਦੇ ਆਦਮੀਆਂ ਨਾਲ ਮਿਲਦਾ, ਉਹਨਾਂ ਵਿੱਚ ਰਹਿੰਦਾ, ਦੋਸਤੀਆਂ ਪਾਉਂਦਾ, ਦਿਲ ਵਿੱਚ ਹਮੇਸ਼ਾ ਸਮਝਦਾ ਕਿ ਉਹ ਮੁਸਾਫਰ ਹੈ ਤੇ ਸਫ਼ਰ ਖਤਮ ਕਰਨ ਮਗਰੋਂ ਆਪਣੇ ਘਰ ਜਾਂ ਆਪਣੇ ਟਿਕਾਣੇ ਪਹੁੰਚੇਗਾ, ਉਸੇ ਤਰ੍ਹਾਂ ਇਨਸਾਨ ਨੂੰ ਸੰਸਾਰ ਦੀ ਯਾਤਰਾ ਹਮੇਸ਼ਾ ਇੱਕ ਸਫ਼ਰ ਹੀ ਸਮਝਣਾ ਚਾਹੀਦਾ। ਕਈ ਸਮਝਣਗੇ ਕਿ ਇਹ ਖਿਆਲ ਤੇ ਬੜਾ ਨਿਰਾਸ਼ ਕਰ ਦੇਣ ਵਾਲਾ ਹੈ। ਨਹੀਂ, ਇਹ ਖਿਆਲ ਨਿਰਾਸ਼ ਕਰਨ ਵਾਲਾ ਨਹੀਂ, ਸਗੋਂ ਦੁਨੀਆ ਦੀ ਖੁਸ਼ੀ ਤੇ ਤਜਰਬੇ ਨੂੰ ਹਾਸਲ ਕਰਨ ਦੇ ਯੋਗ ਬਣਾ ਦਿੰਦਾ। ਜਿਵੇਂ ਕਿਸੇ ਜਵਾਨ ਲੜਕੀ ਨੂੰ ਮਾਂ ਪਿਤਾ ਦੇ ਘਰ ਵਿੱਚ ਹੀ ਇਹ ਪਤਾ ਲੱਗ ਜਾਣ ਤੇ ਕਿ ਉਸਨੇ ਇੱਕ ਦਿਨ ਸਹੁਰੇ ਜਾਣਾ, ਫਿਰ ਵੀ ਮਾਂ ਪਿਤਾ ਦਾ ਘਰ ਪੇਕਿਆਂ ਦੀਆਂ ਖੁਸ਼ੀਆਂ ਕਿਤੇ ਘੱਟ ਚੰਗੀਆਂ ਨਹੀਂ ਲੱਗਦੀਆਂ। ਸਗੋਂ ਉਹ ਮਾਪਿਆਂ ਨਾਲ ਪਿਆਰ ਕਰਦੀ, ਸਹੇਲੀਆਂ ਨਾਲ ਪਿਆਰ ਨਾਲ ਖੇਡਦੀ ਇੱਕ ਤਕੜੀ ਮੁਟਿਆਰ ਹੋ ਜਾਂਦੀ ਹੈ ਤੇ ਆਉਣ ਵਾਲੀ ਤਬਦੀਲੀ ਦੀ ਤਿਆਰੀ ਕਰਦੀ। ਜਿਵੇਂ ਜਹਾਜ਼ ਵਿੱਚ ਬੈਠਣ ਵਾਲੇ ਵੱਖ ਵੱਖ ਮੁਲਕਾਂ ਦੇ ਮੁਸਾਫਰ ਇਕੱਠੇ ਸਵਾਰ ਹੁੰਦੇ ਨੇ, ਪਰ ਉਹਨਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਕਿ ਉਹਨਾਂ ਨੇ ਥੋੜਾ ਸਮਾਂ ਇਕੱਠਿਆਂ ਲੰਘਾਉਣਾ, ਕਿਉਂ ਨਾ ਉਸ ਸਮੇਂ ਨੂੰ ਖੁਸ਼ੀ ਨਾਲ ਹੱਸ ਖੇਡ ਕੇ ਗੁਜ਼ਾਰਨ ਦਾ ਪੂਰਾ ਯਤਨ ਕੀਤਾ ਜਾਵੇ। ਇਸ ਲਈ ਉਹਨਾਂ ਦੇ ਦਿਲ ਪਰਚਾਵੇ ਦੇ ਸਮਾਨ
ਖਾਸ ਕਰਕੇ ਪੈਦਾ ਕੀਤੇ ਜਾਂਦੇ ਨੇ। ਜੇ ਉਹਨਾਂ ਮੁਸਾਫਰਾਂ ਨੂੰ ਇਕੱਠੇ ਖਾਂਦਿਆਂ ਪੀਂਦਿਆਂ ਹੱਸਦਿਆਂ ਖੇਡਦਿਆਂ ਗਾਉਂਦਿਆਂ ਨੱਚਦਿਆਂ ਵੇਖੋ ਤਾਂ ਇਹ ਸ਼ੱਕ ਪਵੇਗਾ ਕਿ ਸ਼ਾਇਦ ਇਹਨਾਂ ਨੂੰ ਭੁੱਲ ਹੀ ਗਿਆ ਕਿ ਇਹ ਮੁਸਾਫਰ ਨੇ ਤੇ ਥੋੜੇ ਸਮੇਂ ਮਗਰੋਂ ਇਹਨਾਂ ਨੇ ਵਿਛੜ ਜਾਣਾ। ਪਰ ਜਦੋਂ ਜਹਾਜ਼ ਵੱਖ ਵੱਖ ਦੇਸ਼ਾਂ ਤੋਂ ਲੰਘਦਾ ਅਗਾਂਹ ਤੁਰਿਆ ਜਾਂਦਾ ਮੁਸਾਫਰ ਆਪੋ ਆਪਣੇ ਟਿਕਾਣਿਆਂ ਤੇ ਖੁਸ਼ੀ ਖੁਸ਼ੀ ਉਤਰਦੇ ਜਾਂਦੇ ਨੇ। ਹਾਂ, ਉਹਨਾਂ ਨੂੰ ਜਹਾਜ਼ ਤੇ ਜਹਾਜ਼ ਦੇ ਸਾਥੀ ਛੱਡਣ ਵੇਲੇ ਕੋਈ ਖਾਸ ਸਦਮਾ ਵੀ ਨਹੀਂ ਪਹੁੰਚਦਾ। ਇਸ ਦਾ ਕਾਰਨ ਇਹ ਹੈ ਕਿ ਸਭ ਮੁਸਾਫਰਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਤੇ ਉਹ ਇਸੇ ਵਿੱਚ ਹੀ ਯਕੀਨ ਕਰਦੇ ਨੇ ਕਿ ਆਪੋ ਆਪਣਾ ਸ਼ਹਿਰ ਆਉਣ ਤੇ ਉਹਨਾਂ ਨੇ ਦੂਜੇ ਮੁਸਾਫਰਾਂ ਤੋਂ ਵੱਖ ਹੋ ਜਾਣਾ। ਜੇ ਕਿਤੇ ਬੰਦਾ ਵੀ ਜ਼ਿੰਦਗੀ ਨੂੰ ਇੱਕ ਸਫ਼ਰ ਹੀ ਸਮਝੇ ਤੇ ਇਸੇ ਯਕੀਨ ਵਿੱਚ ਹੀ ਜ਼ਿੰਦਗੀ ਗੁਜ਼ਾਰੇ ਤਾਂ ਉਸ ਨੂੰ ਨਾ ਤਾਂ ਕਿਸੇ ਰਿਸ਼ਤੇਦਾਰ ਜਾਂ ਕਿਸੇ ਮਿੱਤਰ ਦੇ ਵਿਛੋੜੇ ਤੋਂ ਸਦਮਾ ਹੋ ਸਕਦਾ ਤੇ ਨਾ ਹੀ ਆਪਣਾ ਵਕਤ ਆਉਣ ਤੇ ਰਿਸ਼ਤੇਦਾਰਾਂ ਸੱਜਣਾਂ ਜਾਂ ਮਿੱਤਰਾਂ ਤੋਂ ਵੱਖ ਹੋਣ ਲੱਗਿਆਂ ਕੋਈ ਗਮ ਹੋ ਸਕਦਾ। ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਕਿਉਂਕਿ ਸ਼ੁਰੂ ਤੋਂ ਹੀ ਹਮੇਸ਼ਾ ਇਕੱਠਾ ਰਹਿਣ ਦੀ ਥਾਂ ਸਮਝਦੇ ਹਾਂ ਤੇ ਲੋਕਾਂ ਨੂੰ ਰੋਜ਼ ਇੱਥੋਂ ਤੁਰਦਿਆਂ ਵੇਖਣ ਦੇ ਬਾਵਜੂਦ ਇਹ ਯਕੀਨ ਕਰਦੇ ਹਾਂ ਕਿ ਅਸੀਂ ਜਾਂ ਸਾਡੇ ਰਿਸ਼ਤੇਦਾਰਾਂ ਨੇ ਸਦਾ ਇੱਥੇ ਰਹਿਣਾ। ਇਸੇ ਵਾਸਤੇ ਵੱਖਰੇ ਹੋਣ ਦੇ ਸਮੇਂ ਵਿਰਲਾਪ ਕਰਦੇ ਹਾਂ, ਰੋਂਦੇ ਹਾਂ, ਦੁਖੀ ਹੁੰਦੇ ਹਾਂ ਤੇ ਆਪਣੀ ਬੇਵਕੂਫੀ ਦੀ ਸਜ਼ਾ ਆਪੇ ਭੁਗਤਦੇ। ਦੇਖੋ, ਗੁਰੂ ਜੀ ਨੇ ਬਾਣੀ ਵਿੱਚ ਸਮਝਾਇਆ ਸੀ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਤਿਆਗ ਦੀ ਦੂਸਰੀ ਹਾਲਤ। ਤਿਆਗ ਦੀ ਦੂਸਰੀ ਹਾਲਤ ਵਿੱਚ ਆਪਣੀਆਂ ਲੋੜਾਂ ਨੂੰ ਦਿਨ ਬ ਦਿਨ ਘਟਾਉਣਾ, ਆਪਣੀਆਂ ਆਦਤਾਂ ਤੇ ਕਾਬੂ ਪਾਉਣਾ, ਇੱਥੋਂ ਤੱਕ ਕਿ ਜ਼ਿੰਦਗੀ ਕਾਇਮ ਰੱਖਣ ਵਾਸਤੇ ਜ਼ਰੂਰੀ ਲੋੜਾਂ ਨੂੰ ਹੀ ਸਿਰਫ ਪੂਰੀਆਂ ਕਰਨਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਕਰਨ ਦਾ ਯਤਨ ਕਰੀਏ ਤਾਂ ਸਾਡੀਆਂ ਬਹੁਤ ਸਾਰੀਆਂ ਵਾਧੂ ਬਣਾਉਟੀ ਲੋੜਾਂ ਤੇ ਆਦਤਾਂ ਘਟ ਜਾਂਦੀਆਂ ਨੇ। ਮਨ ਦੀਆਂ ਸਭ ਇੱਛਾਵਾਂ ਲਗਭਗ ਬੰਦ ਹੋ ਸਕਦੀਆਂ ਨੇ। ਨਾਮ ਜਪਣ ਦਾ ਚਾਅ ਜ਼ਿੰਦਗੀ ਦਾ ਸ਼ੁਗਲ ਤੇ ਆਸਰਾ ਬਣ ਜਾਂਦਾ। ਇਸ ਅਵਸਥਾ ਵਿੱਚ ਓਨੀ ਖੁਰਾਕ ਜਾਂ ਬਸਤਰ ਹੀ ਪਾਉਣੇ ਚਾਹੀਦੇ ਨੇ ਜਿਹੜੇ ਜ਼ਿੰਦਗੀ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੋਣ ਪਰ ਮਨ ਨੂੰ ਖਿੰਡਾਉਣ ਵਾਲੇ ਨਾ ਆਉਣ। ਖਾਣ ਪੀਣ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਹੋਇਆ ਸੁਨਹਿਰੀ ਅਸੂਲ ਅਭਿਆਸੀ ਗੁਰਮੁਖਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ। ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ ਮਨ ਮਹਿ ਚੱਲੈ ਹੈ ਵਿਕਾਰ। ਜਾਂ ਗੁਰੂ ਜੀ ਆਖਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦ ਹੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ। ਇਸ ਦਰਜੇ ਵਿੱਚ ਐਸਾ ਵਿਅਕਤੀ ਹੌਲੀ ਹੌਲੀ ਸਭ ਸਰੀਰਕ ਰਸਾਂ ਤੋਂ ਛੁਟਕਾਰਾ ਪਾ ਜਾਂਦਾ ਤੇ ਉਸ ਨੂੰ ਸਰੀਰਕ ਭੋਗਾਂ ਦੀ ਕੋਈ ਖਿੱਚ ਨਹੀਂ ਰਹਿੰਦੀ, ਸਗੋਂ ਸਰੀਰ ਦੀ ਹੀ ਕੋਈ ਖਿੱਚ ਨਹੀਂ ਰਹਿੰਦੀ। ਸਰੀਰ ਦੀ ਕੋਈ ਆਦਤ ਤੰਗ ਨਹੀਂ ਕਰਦੀ, ਸਭ ਇੰਦਰੀਆਂ ਨੂੰ ਮਨ ਕਾਬੂ ਵਿੱਚ ਰੱਖਦਾ ਤੇ ਮਨ ਨੂੰ ਕਾਬੂ ਵਿੱਚ ਰੱਖਦਾ ਸਿਮਰਨ ਅਭਿਆਸ।
ਇਸ ਵਾਸਤੇ ਅਭਿਆਸੀ ਬੰਦਾ ਅਭਿਆਸ ਦੇ ਜ਼ਰੀਏ ਮਨ ਅਤੇ ਇੰਦਰੀਆਂ ਸਭ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਤੇ ਕਾਇਆ ਨਗਰੀ ਤੇ ਰਾਜਾ ਬਣ ਕੇ ਫਿਰ ਰਾਜ ਕਰਦਾ ਹੈ। ਤਿਆਗ ਦੀ ਤੀਸਰੀ ਹਾਲਤ, ਜਦੋਂ ਅਭਿਆਸੀ ਪੁਰਸ਼ ਮਹਾਨ ਆਤਮਿਕ ਉਚਾਈਆਂ ਦਾ ਵਸਨੀਕ ਹੋ ਜਾਵੇ ਤਾਂ ਉਸ ਨੂੰ ਇਸ ਦੁਨੀਆਂ ਜਾਂ ਦੁਨੀਆਂ ਦੇ ਰਸਾਂ ਜਾਂ ਦੁਨੀਆਂ ਦੀ ਖਿੱਚ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਉਹ ਇਹ ਜਾਣਦਾ ਕਿ ਇਹਨਾਂ ਇੰਦਰੀਆਂ ਦੀ ਦੁਨੀਆਂ ਭਾਵ ਦੁਨਿਆਵੀ ਰਸਾਂ ਦੀ ਦੁਨੀਆਂ ਉਸਦੇ ਸਫ਼ਰ ਦੀ ਇੱਕ ਦੁਖਦਾਈ ਮੰਜ਼ਿਲ ਸੀ ਜੋ ਲੰਘ ਚੁੱਕੀ ਹੈ। ਉਸਦਾ ਦੁਨਿਆਵੀ ਸੁਭਾਅ ਖਤਮ ਹੋ ਜਾਂਦਾ ਹੈ, ਇੱਥੋਂ ਤੱਕ ਕਿ ਉਹ ਆਪਣੇ ਸਰੀਰ ਨੂੰ ਵੀ ਇੱਕ ਬੇੜੀ ਦੀ ਤਰ੍ਹਾਂ ਜਿਸ ਦੀ ਦਰਿਆ ਪਾਰ ਹੋ ਚੁੱਕਣ ਮਗਰੋਂ ਲੋੜ ਨਹੀਂ ਰਹਿੰਦੀ ਬੇਕਾਰ ਹੀ ਸਮਝਦਾ ਹੈ। ਹੁਣ ਉਸੇ ਸਰੀਰ ਨੂੰ ਜਿਸ ਨਾਲ ਇੰਨਾ ਪਿਆਰ ਤੇ ਕਿਸੇ ਵੇਲੇ ਜਿਸ ਦੀ ਬੜੀ ਰਖਵਾਲੀ ਕਰਦਾ ਰਿਹਾ, ਅਭਿਆਸੀ ਮਨੁੱਖ ਇੱਕ ਵਾਧੂ ਦਾ ਬੋਝ, ਮਲ ਮੂਤਰ ਦਾ ਭਾਂਡਾ, ਇੱਕ ਕੈਦਖਾਨਾ ਜਾਂ ਸਿਰਫ ਪਿੰਜਰਾ ਹੀ ਸਮਝਦਾ। ਉਸ ਨੂੰ ਆਪਣਾ ਸਰੀਰ ਆਪਣੇ ਤੇ ਅਕਾਲ ਪੁਰਖ ਦੇ ਵਿਚਕਾਰ ਸਗੋਂ ਇੱਕ ਰੁਕਾਵਟ ਹੀ ਦਿਸਦੀ ਹੈ। ਇਸ ਅਵਸਥਾ ਵਿੱਚ ਕਰਮ ਖਤਮ ਹੋ ਜਾਂਦੇ ਨੇ। ਅਭਿਆਸੀ ਦੀ ਜ਼ਿੰਦਗੀ ਦਾ ਆਧਾਰ ਪੂਰਨ ਗਿਆਨ ਭਾਵ ਸੁਪਰ ਕਾਨਸ਼ੀਅਸਨੈਸ ਹੋ ਜਾਂਦਾ। ਉਹ ਆਪਣੀ ਨਵੀਂ ਦੁਨੀਆਂ ਵਿੱਚ ਹਰ ਵੇਲੇ ਖੁਸ਼ ਰਹਿੰਦਾ ਤੇ ਪੁਰਾਣੇ ਸਰੀਰ ਨੂੰ ਘੋਗੇ ਦੀ ਤਰ੍ਹਾਂ ਤਿਆਗ ਦੇਣਾ ਚਾਹੁੰਦਾ। ਖਾਹਿਸ਼ਾਂ ਮਰ ਜਾਂਦੀਆਂ ਨੇ, ਕਰਮ ਮੁੱਕ ਜਾਂਦੇ ਨੇ, ਫੁਰਨੇ ਖਤਮ ਹੋ ਜਾਂਦੇ ਨੇ ਤੇ ਅਭਿਆਸੀ ਆਤਮਿਕ ਆਨੰਦਮਈ ਚੇਤਨ ਅਵਸਥਾ ਵਿੱਚ ਖਿੜਿਆ ਰਹਿੰਦਾ ਤੇ ਅਖੀਰ ਸੱਤ ਚਿੱਤ ਆਨੰਦ ਬ੍ਰਹਮ ਵਿੱਚ ਲੀਨ ਹੋ ਜਾਂਦਾ। ਕਈ ਮਹਾਂਪੁਰਖ ਇਸ ਸੁਭਾਗ ਅਵਸਥਾ ਵਿੱਚ ਖੇਡਦੇ ਹੋਏ ਵੀ ਦੁਨੀਆਂ ਦੇ ਭਲੇ ਵਾਸਤੇ, ਸੱਚ ਦੇ ਪ੍ਰਚਾਰ ਵਾਸਤੇ ਸਰੀਰਕ ਜ਼ਿੰਦਗੀ ਕਾਇਮ ਰੱਖਦੇ ਨੇ, ਪਰ ਕਈਆਂ ਦੀ ਤੇ ਪਰਉਪਕਾਰ ਦੀ ਖਾਹਿਸ਼ ਵੀ ਮੁੱਕ ਜਾਂਦੀ ਹੈ ਤੇ ਸੱਪ ਦੇ ਕੁੰਜ ਤਿਆਗਣ ਵਾਂਗ ਸੰਸਾਰੀ ਸਰੀਰ ਛੱਡ ਦਿੰਦੇ ਨੇ ਤੇ ਨੂਰੀ ਆਤਮਿਕ ਸਰੀਰ ਵਿੱਚ ਲੀਨ ਹੋ ਜਾਂਦੇ ਨੇ। ਮੈਨੂੰ ਇੱਕ ਮਹਾਂਪੁਰਸ਼ ਮਿਲੇ ਜੋ ਸਾਲ ਦਾ ਬਹੁਤਾ ਸਮਾਂ ਪਹਾੜ ਦੀ ਇੱਕ ਇਕਾਂਤ ਗੁਫਾ ਵਿੱਚ ਹੀ ਰਹਿੰਦੇ ਸਨ, ਜਿੱਥੇ ਆਮ ਇਨਸਾਨ ਵਾਸਤੇ ਜਾਣਾ ਵੀ ਮੁਸ਼ਕਲ ਸੀ। ਮੇਰਾ ਮਿੱਤਰ ਉਹਨਾਂ ਨੂੰ ਆਪਣਾ ਗੁਰੂ ਸਮਝਦਾ ਸੀ ਤੇ ਉਹ ਆਪਣੇ ਗੁਰੂ ਦਾ ਦਰਸ਼ਨ ਕਰਨ ਹਰ ਸਾਲ ਇੱਕ ਵਾਰ ਜ਼ਰੂਰ ਜਾਂਦਾ ਸੀ। ਇੱਕ ਵਾਰ ਜਦੋਂ ਉਹ ਉੱਥੇ ਸਾਲ ਮਗਰੋਂ ਪਹੁੰਚੇ ਤਾਂ ਕੀ ਵੇਖਦੇ ਨੇ ਕਿ ਉਹਨਾਂ ਦੇ ਗੁਰੂ ਦੀ ਸਮਾਧੀ ਲੱਗੀ ਹੋਈ। ਜਦੋਂ ਕੁਝ ਦੇਰ ਬਾਅਦ ਆਵਾਜ਼ ਮਾਰਨ ਮਗਰੋਂ ਵੀ ਸਮਾਧੀ ਨਾ ਖੁੱਲੀ ਤਾਂ ਉਸਨੇ ਆਪਣੇ ਉਸ ਮਹਾਂਪੁਰਖ ਦੇ ਸਰੀਰ ਨੂੰ ਹੱਥ ਨਾਲ ਟੁੰਬਿਆ। ਹੱਥ ਲਾਉਂਦਿਆਂ ਸਾਰ ਹੀ ਉਹਨਾਂ ਦਾ ਸਰੀਰ ਡਿੱਗ ਪਿਆ। ਆਖਣ ਲੱਗੇ, ਪਹਿਲਾਂ ਤੇ ਅਸੀਂ ਬੜੇ ਡਰ ਗਏ ਪਰ ਫਿਰ ਵੈਰਾਗ ਦੀ ਦਸ਼ਾ ਆ ਗਈ। ਇਸ ਦਸ਼ਾ ਵਿੱਚ ਬੜੀ ਅਜੀਬ ਸ਼ਾਂਤੀ ਮਹਿਸੂਸ ਹੋਈ ਤੇ ਮਨ ਇਹੋ ਜਿਹਾ ਟਿਕਿਆ ਵੀ ਸਮੇਂ ਦਾ ਕੁਝ ਪਤਾ ਨਾ ਲੱਗਾ, ਕਿਉਂਕਿ ਉਹਨਾਂ ਦੇ ਗੁਰੂਦੇਵ ਨੇ ਆਪਣਾ ਚੋਲਾ ਆਪਣੀ ਖੁਸ਼ੀ ਨਾਲ ਛੱਡਿਆ ਸੀ। ਕਹਿਣ ਲੱਗੇ, ਪਤਾ ਨਹੀਂ ਸਰੀਰ ਕਦੋਂ ਤੋਂ ਉੱਥੇ ਪਿਆ ਸੀ।
ਪਰ ਉਸ ਵਿੱਚੋਂ ਜ਼ਰਾ ਜਿੰਨੀ ਵੀ ਬਦਬੋ ਨਹੀਂ ਸੀ ਆਉਂਦੀ। ਕਈ ਬੰਦੇ, ਖਾਸ ਕਰਕੇ ਪੱਛਮੀ ਵਿਦਿਆ ਨੂੰ ਪੜ੍ਹਨ ਵਾਲੇ, ਇਹਨਾਂ ਗੱਲਾਂ ਨੂੰ ਅਸੰਭਵ ਸਮਝਦੇ ਨੇ। ਪਰ ਉਹ ਵਿਚਾਰੇ ਕਰਨ ਵੀ ਕੀ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ। ਪਰ ਜਿਸ ਨੂੰ ਅਭਿਆਸ ਕਰਨ ਦੀ ਜਾਚ ਆ ਜਾਏ, ਨਾਮ ਜਪਣ ਦੀ ਇੱਛਾ ਜਾਗ ਪਵੇ ਤੇ ਬੰਦਗੀ ਪਰਪੱਕ ਹੋ ਜਾਏ, ਉਸ ਲਈ ਆਪਣਾ ਸਰੀਰ ਆਪਣੀ ਮਰਜ਼ੀ ਅਨੁਸਾਰ ਛੱਡਣਾ ਕੋਈ ਅਸੰਭਵ ਗੱਲ ਨਹੀਂ ਜਾਪਦੀ। ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸਰੀਰ ਆਪਣੀ ਮਰਜ਼ੀ ਅਨੁਸਾਰ ਤਿਆਗੇ ਸਨ। ਇਹ ਤਿਆਗ ਦੀ ਤੀਜੀ ਮੰਜ਼ਿਲ ਹੈ, ਜਿਸ ਵਿੱਚੋਂ ਭਾਗਾਂ ਵਾਲੀਆਂ ਰੂਹਾਂ ਸੰਸਾਰਕ ਯਾਤਰਾ ਖਤਮ ਕਰਕੇ ਹੱਸਦੀਆਂ, ਖੇਡਦੀਆਂ ਤੇ ਖਿੜੀਆਂ ਹੋਈਆਂ ਸਹਿਜੇ ਹੀ ਲੰਘ ਜਾਂਦੀਆਂ ਨੇ। ਤਿਆਗ ਦੀਆਂ ਉੱਤੇ ਦੱਸੀਆਂ ਹੋਈਆਂ ਇਹ ਅਵਸਥਾਵਾਂ ਸਿਮਰਨ, ਭਜਨ ਤੇ ਬੰਦਗੀ ਵਾਲੇ ਪੁਰਸ਼ ਉੱਤੇ ਸਹਿਜ ਸੁਭਾਈ ਆ ਜਾਂਦੀਆਂ ਨੇ। ਕਿਸੇ ਖਾਸ ਉਪਾਅ ਜਾਂ ਹੱਠ ਦੀ ਲੋੜ ਨਹੀਂ ਰਹਿੰਦੀ। ਮਨ ਨਾਲ ਲੜਾਈ ਤਾਂ ਅਭਿਆਸੀ ਪੁਰਸ਼ ਦੀ ਹਰ ਵੇਲੇ ਜਾਰੀ ਰਹਿੰਦੀ, ਪਰ ਨਾਮ ਦੀ ਓਟ ਰੱਖਣ ਵਾਲਿਆਂ ਦੀ ਹਰ ਅਵਸਥਾ ਵਿੱਚ, ਹਰ ਹਾਲਤ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਹਾਇਤਾ, ਅਗਵਾਈ ਤੇ ਪ੍ਰੇਰਣਾ ਹੁੰਦੀ ਰਹਿੰਦੀ ਹੈ। ਅਭਿਆਸੀ ਪੁਰਸ਼ ਹਰ ਕਦਮ ਵਾਹਿਗੁਰੂ ਦੀ ਮਿਹਰ ਦੇ ਆਸਰੇ ਅੱਗੇ ਵਧਾਉਂਦਾ। ਉਸ ਨੂੰ ਅਭਿਆਸ ਕਮਾਈ ਵਿੱਚ ਬੜੇ ਬੜੇ ਭੁਲੇਖੇ ਲੱਗਦੇ ਨੇ ਤੇ ਕਈ ਵਾਰ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਆਤਮਿਕ ਉੱਚੇ ਮੰਡਲਾਂ ਵਿੱਚ ਪਹੁੰਚ ਜਾਣਾ ਇੱਕ ਮਾਮੂਲੀ ਜਿਹੀ ਗੱਲ ਹੈ। ਸਿਰਫ ਸੁਰਤੀ ਨੂੰ ਇਕੱਠਿਆਂ ਕਰਕੇ ਅਫੁਰ ਅਵਸਥਾ ਵਿੱਚ ਪਹੁੰਚ ਜਾਣਾ ਇੱਕ ਸੁਭਾਵਿਕ ਜਿਹਾ ਕੰਮ ਲੱਗਣ ਲੱਗ ਪੈਂਦਾ। ਉਹ ਸਮਝਣ ਲੱਗ ਪੈਂਦਾ ਕਿ ਹੁਣ ਰੱਬ ਦੀ ਕਿਰਪਾ ਦੀ ਕੋਈ ਲੋੜ ਨਹੀਂ ਰਹੀ। ਬਸ ਜਿਵੇਂ ਹੀ ਇਹ ਖਿਆਲ ਆਉਂਦਾ, ਆਤਮਿਕ ਤਰੱਕੀ ਰੁਕ ਜਾਂਦੀ ਏ, ਸਰੂਰ ਘਟ ਜਾਂਦਾ, ਅਭਿਆਸ ਰੁੱਖਾ ਰੁੱਖਾ ਲੱਗਣ ਲੱਗ ਪੈਂਦਾ, ਮਨ ਥੋੜਾ ਚਿਰ ਟਿਕਣ ਮਗਰੋਂ ਉਚਾਟ ਹੋ ਜਾਂਦਾ। ਮੈਨੂੰ ਕਈ ਵਾਰ ਇਹ ਭੁਲੇਖਾ ਲੱਗਦਾ ਰਿਹਾ ਤੇ ਮੇਰਾ ਇਹ ਤਜਰਬਾ ਹੈ ਕਿ ਭਗਤੀ ਭਾਵ, ਨਿਮਰਤਾ, ਪ੍ਰੇਮ ਅਤੇ ਵਾਹਿਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਦੇ ਬਗੈਰ ਬੰਦਗੀ ਕਦੇ ਸੰਪੂਰਨ ਨਹੀਂ ਹੁੰਦੀ। ਬੰਦਗੀ ਕਰਦਿਆਂ ਕਈ ਵਾਰ ਹੰਕਾਰ ਜਾਂ ਮਾਣ ਆ ਜਾਂਦਾ ਤਾਂ ਵੀ ਤਰੱਕੀ ਰੁਕ ਜਾਂਦੀ ਹੈ, ਜਿਸ ਦਾ ਇਲਾਜ ਸਗੋਂ ਵਾਹਿਗੁਰੂ ਅੱਗੇ ਪਸ਼ਚਾਤਾਪ ਅਤੇ ਨਿਰਮਾਣ ਅਰਦਾਸਾਂ ਹੀ ਹੋ ਸਕਦੀਆਂ ਨੇ। ਕਰਾਮਾਤ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ, ਨਹੀਂ ਹੋਤ ਕਛ ਦੋਉ ਬਾਰਾ, ਕਰਣੈ ਹਾਰ ਨਾ ਭੁੱਲਣ ਹਾਰਾ। ਕੁਦਰਤ ਦੇ ਕਾਨੂੰਨ ਅਟਲ ਨੇ ਤੇ ਵਾਹਿਗੁਰੂ ਦੇ ਬਣਾਏ ਹੋਏ ਕਾਨੂੰਨ ਵੀ ਅਟਲ ਨੇ। ਇੱਕ ਵਾਰ ਜਿਹੜੇ ਬਣ ਚੁੱਕੇ ਨੇ ਉਹਨਾਂ ਵਿੱਚ ਕਦੇ ਤਬਦੀਲੀ ਨਹੀਂ ਆ ਸਕਦੀ। ਜਿਹੜੇ ਕਰਾਮਾਤ ਦਾ ਮਤਲਬ ਇਹ ਸਮਝਦੇ ਨੇ ਕਿ ਵਾਹਿਗੁਰੂ ਆਪਣੇ ਭਗਤਾਂ ਵਾਸਤੇ, ਗੁਰੂਆਂ ਜਾਂ ਪੀਰਾਂ ਵਾਸਤੇ ਉਹ ਆਪਣੇ ਨਿਯਮ ਤੋੜ ਦਿੰਦਾ, ਉਹ ਫਿਰ ਵਾਹਿਗੁਰੂ ਦੇ ਸੁਭਾਅ ਤੋਂ ਵਾਕਫ ਨਹੀਂ ਹੈਗੇ। ਪਾਣੀ ਹਮੇਸ਼ਾ ਨੀਵੇਂ ਪਾਸੇ ਵਗਦਾ, ਇਹ ਕੁਦਰਤ ਦਾ ਇੱਕ ਅਸੂਲ ਹੈ ਤੇ ਇਸ ਅਸੂਲ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਪਾਣੀ ਆਪਣੇ ਕੁਦਰਤੀ ਸੁਭਾਅ ਦੇ ਉਲਟ ਉਚਾਣ ਵੱਲ ਕਦੇ ਨਹੀਂ ਵਗੇਗਾ।
ਪਰ ਇਸ ਦੇ ਬਾਵਜੂਦ ਅਸੀਂ ਰੋਜ਼ ਵੇਖਨੇ ਆ ਕਿ ਪਾਣੀ ਕਈ ਕਈ ਛੱਤਾਂ ਤੇ ਨਾਲੀਆਂ ਦੇ ਜ਼ਰੀਏ ਰੋਜ਼ ਉੱਤੇ ਚੜ ਜਾਂਦਾ। ਅਣਜਾਣ ਬੰਦਾ ਇੱਥੇ ਭੁਲੇਖਾ ਖਾ ਜਾਏਗਾ ਤੇ ਇਸ ਘਟਨਾ ਨੂੰ ਕੌਤਕ ਜਾਂ ਕਰਾਮਾਤ ਆਖੇਗਾ, ਪਰ ਜਿਸ ਬੰਦੇ ਨੂੰ ਪਾਣੀ ਸੰਬੰਧੀ ਦੂਜੇ ਕਾਨੂੰਨ ਦਾ ਪਤਾ ਹੋਵੇ ਕਿ ਪਾਣੀ ਨੂੰ ਜਿਸ ਉਚਾਈ ਤੋਂ ਨੀਵੇਂ ਸੁੱਟੀਏ ਉਤਨੀ ਉਚਾਈ ਤੱਕ ਮੁੜ ਲੈ ਕੇ ਜਾਣ ਦੀ ਸਮਰੱਥਾ ਵੀ ਰੱਖਦਾ, ਜਾਂ ਜਿੰਨੀ ਤਾਕਤ ਨਾਲ ਪਾਣੀ ਨੂੰ ਪਿੱਛੋਂ ਧੱਕੀਏ ਓਨਾ ਉੱਚਾ ਚੜ ਜਾਏਗਾ। ਉਸ ਵਾਸਤੇ ਪਾਣੀ ਨੂੰ ਉੱਚੀਆਂ ਥਾਵਾਂ ਤੇ ਵਗਦੇ ਹੋਏ ਵੇਖਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੁੰਦੀ। ਸਾਇੰਸ ਦੀਆਂ ਸਾਰੀਆਂ ਕਰਾਮਾਤਾਂ, ਟੈਲੀਗ੍ਰਾਫੀ, ਗ੍ਰਾਮੋਫੋਨ, ਸਿਨੇਮਾ, ਰੇਡੀਓ ਜਾਂ ਟੈਲੀਫੋਨ, ਟੈਲੀਵਿਜ਼ਨ, ਇਹ ਸਭ ਗੱਲਾਂ ਆਮ ਮਨੁੱਖ ਵਾਸਤੇ ਹੈਰਾਨੀ ਪੈਦਾ ਕਰ ਸਕਦੀਆਂ ਨੇ, ਪਰ ਸਾਇੰਸਦਾਨਾਂ ਵਾਸਤੇ ਸਭ ਕੁਝ ਕੁਦਰਤ ਦੇ ਨਿਯਮਾਂ ਅਨੁਸਾਰ ਹੁੰਦਾ, ਕੋਈ ਹੈਰਾਨੀ ਵਾਲੀ ਗੱਲ ਨਹੀਂ ਲੱਗਦੀ। ਇਹਾ ਫਰਕ ਅਗਿਆਨੀ ਤੇ ਗਿਆਨਵਾਨ ਮਨੁੱਖ ਵਿੱਚ ਹੁੰਦਾ। ਆਮ ਲੋਕ ਆਤਮਾ ਦੇ ਉੱਚੇ ਅਸੂਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਨੂੰ ਕਰਾਮਾਤ ਕਹਿੰਦੇ ਨੇ, ਪਰ ਗਿਆਨਵਾਨ ਬੰਦੇ ਵਾਸਤੇ ਇਹ ਤੇ ਸਧਾਰਨ ਘਟਨਾਵਾਂ ਹੁੰਦੀਆਂ ਨੇ। ਇੱਕ ਥਾਂ ਤੇ ਮਿਸਟਰ ਐਡਵਰਡ ਕਾਰਪੇਂਟਰ ਕਰਾਮਾਤ ਸੰਬੰਧੀ ਖੂਬ ਲਿਖਦੇ ਨੇ ਕਿ ਕਰਾਮਾਤ ਕੋਈ ਅਣਹੋਣੀ ਗੱਲ ਨਹੀਂ ਹੁੰਦੀ, ਇਹ ਸ਼ਕਤੀਆਂ ਤੇ ਲਗਾਤਾਰ ਅਭਿਆਸ ਜਾਂ ਸਾਧਨਾ ਦੇ ਫਲ ਦੀਆਂ ਹੁੰਦੀਆਂ ਨੇ ਤੇ ਇਹਨਾਂ ਦਾ ਆਪਣਾ ਖਾਸ ਨਿਯਮ ਕਾਨੂੰਨ ਹੁੰਦਾ। ਇਸ ਸੰਬੰਧ ਵਿੱਚ ਸ੍ਰੀਮਤੀ ਮੇਰੀ ਬੇਕਰ ਐਡੀ ਲਿਖਦੇ ਨੇ, ਕਰਾਮਾਤ ਉਹ ਹੈ ਜਿਹੜੀ ਆਤਮਿਕ ਦ੍ਰਿਸ਼ਟੀਕੋਣ ਤੋਂ ਸਧਾਰਨ ਜਾਂ ਕੁਦਰਤੀ ਹੋਵੇ ਪਰ ਮਨੁੱਖੀ ਅਕਲ ਰਾਹੀਂ ਸਾਇੰਸ ਦੀ ਇੱਕ ਘਟਨਾ ਹੀ ਸਮਝੀ ਜਾਵੇ। ਹਾਂ, ਇਹ ਦੁਨੀਆ ਸੱਚਮੁੱਚ ਅਣਗਿਣਤ ਇਹੋ ਜਿਹੀਆਂ ਕਰਾਮਾਤਾਂ ਦਾ ਨਤੀਜਾ ਹੈ, ਬਲਕਿ ਇਸ ਤਰ੍ਹਾਂ ਸਮਝੋ ਕਿ ਹਰ ਕਰਾਮਾਤ ਇੱਕ ਦੂਸਰੇ ਸਿਸਟਮ ਨੂੰ, ਦੂਸਰੀ ਲੜੀ ਨੂੰ ਜਨਮ ਦਿੰਦੀ ਹੈ ਜਿਸ ਦੇ ਨਤੀਜੇ ਵਜੋਂ ਹੋਰ ਹੋਰ ਕੰਮ ਅੱਗੇ ਹੋਂਦ ਵਿੱਚ ਆਉਂਦੇ ਜਾਂਦੇ ਨੇ। ਅਸੀਂ ਉਸ ਨੂੰ ਕਰਾਮਾਤ ਸਮਝਦੇ ਹਾਂ, ਪਰ ਵਾਹਿਗੁਰੂ ਦੇ ਹੁਕਮ ਵਿੱਚ ਇਹ ਇੱਕ ਆਮ ਜਿਹੀ ਘਟਨਾ ਹੁੰਦੀ ਹੈ। ਜਿਵੇਂ ਬਾਬਾ ਅਟਲ ਰਾਏ ਜੀ ਨੇ ਆਪਣੇ ਮਿੱਤਰ ਨੂੰ, ਜੋ ਕਿ ਸੱਪ ਲੜਨ ਦੇ ਕਾਰਨ ਦੁਨੀਆਂ ਦੇ ਖਿਆਲ ਵਿੱਚੋਂ ਮਰ ਚੁੱਕਾ ਸੀ, ਉਸ ਨੂੰ ਆਵਾਜ਼ ਮਾਰ ਕੇ ਸੁਰਜੀਤ ਕਰ ਦਿੱਤਾ। ਆਮ ਦੁਨੀਆ ਨੇ ਇਸ ਨੂੰ ਕਰਾਮਾਤ ਸਮਝਿਆ, ਪਰ ਬਾਬਾ ਅਟਲ ਸਾਹਿਬ ਵਾਸਤੇ, ਉਹਨਾਂ ਵਰਗੀ ਆਤਮਿਕ ਅਵਸਥਾ ਦੇ ਮਹਾਂਪੁਰਸ਼ਾਂ ਵਾਸਤੇ ਇਹ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ। ਐਸੇ ਗੁਰਮੁਖਾਂ ਨੂੰ ਆਮ ਤੌਰ ਤੇ ਹੀ ਪਤਾ ਹੁੰਦਾ ਕਿ ਆਤਮਾ ਕਦੇ ਨਹੀਂ ਮਰਦੀ, ਜ਼ਿੰਦਗੀ ਕਦੇ ਖਤਮ ਨਹੀਂ ਹੁੰਦੀ। ਆਦਮੀ ਸੁਪਨੇ ਵਿੱਚ ਜੰਮਦਾ, ਆਪਣੀ ਜ਼ਿੰਦਗੀ ਬਤੀਤ ਕਰਦਾ ਤੇ ਮਰ ਜਾਂਦਾ। ਬਾਬੇ ਅਟਲ ਨੇ ਇੱਕ ਭੁਲੇਖਾ ਦੂਰ ਕਰ ਦਿੱਤਾ, ਨਾਲੇ ਲੋਕਾਂ ਨੂੰ ਸਾਬਤ ਕਰਕੇ ਵਿਖਾ ਦਿੱਤਾ ਕਿ ਦੁਨੀਆ ਦੇ ਕਿਸੇ ਆਦਮੀ ਨੂੰ ਮੁਰਦਾ ਸਮਝ ਲੈਣ ਨਾਲ ਉਸਦੀ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ। ਜਿਸ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਗਿਆਨ ਹੋ ਜਾਵੇ, ਉਸਦੇ ਇੱਕ ਇਸ਼ਾਰੇ ਨਾਲ ਆਤਮਾ ਮੁਰਦਾ ਸਰੀਰ ਵਿੱਚ ਫਿਰ ਦਾਖਲ ਹੋ ਕੇ ਨਵੇਂ ਸਿਰਿਓਂ ਜ਼ਿੰਦਗੀ ਬਤੀਤ ਕਰ ਸਕਦੀ ਹੈ।
ਬਾਬਾ ਅਟਲ ਜੀ ਨੂੰ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵਾਸਤੇ ਨਾਰਾਜ਼ ਨਹੀਂ ਸਨ ਹੋਏ ਕਿ ਬਾਬੇ ਅਟਲ ਨੇ ਕਿਤੇ ਵਾਹਿਗੁਰੂ ਦੇ ਰਾਜ ਵਿੱਚ ਕੋਈ ਆਪਣੇ ਵੱਲੋਂ ਨਵਾਂ ਕਾਨੂੰਨ ਘੜ ਦਿੱਤਾ, ਬਲਕਿ ਇਸ ਵਾਸਤੇ ਹੋਏ ਸਨ ਕਿ ਜਿੰਨੇ ਨਵਾਬ ਜਾਂ ਅਮੀਰ ਅੱਗੇ ਨੂੰ ਮਰਨਗੇ ਉਹਨਾਂ ਦੇ ਜੀਵਨ ਦੀ ਮੰਗ ਤੇ ਇਹ ਸਿਫਾਰਿਸ਼ਾਂ ਸਗੋਂ ਗੁਰੂ ਘਰ ਨੂੰ ਤੰਗ ਕਰਨਗੀਆਂ। ਦੂਜਾ ਕਾਰਨ ਇਹ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਪਿਤਾ ਗੁਰੂ ਦੇ ਮੌਜੂਦ ਹੁੰਦਿਆਂ ਇਸ ਕਿਸਮ ਦੀਆਂ ਆਤਮਿਕ ਸ਼ਕਤੀਆਂ ਵਿਖਾਉਣਾ ਪੁੱਤਰ ਵਾਸਤੇ ਅਯੋਗ ਗੱਲ ਹੈ। ਗੁਰੂ ਪਿਤਾ ਨੇ ਕਿਹਾ, ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਆਗਿਆਕਾਰੀ ਪੁੱਤਰ ਨੇ ਜਿਸ ਤਰ੍ਹਾਂ ਜਿਉਂਦੇ ਜੀ ਆਤਮਿਕ ਅਸੂਲਾਂ ਦੀ ਹਸਤੀ ਨੂੰ ਸਾਬਤ ਕੀਤਾ ਸੀ ਕਿ ਆਤਮਾ ਕਦੇ ਮਰ ਨਹੀਂ ਸਕਦੀ, ਉਸੇ ਤਰ੍ਹਾਂ ਦੂਜੇ ਆਤਮਿਕ ਅਸੂਲ ਨੂੰ ਸਾਬਤ ਕੀਤਾ ਕਿ ਆਤਮਾ ਜਦੋਂ ਚਾਹੇ ਆਪਣੇ ਸਰੀਰ ਨੂੰ ਆਪਣੀ ਖੁਸ਼ੀ ਨਾਲ ਵੱਖ ਕਰ ਸਕਦੀ। ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਹੋਰ ਸਾਰੇ ਗੁਰੂ ਸਾਹਿਬਾਨ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਉੱਚੇ ਆਤਮਿਕ ਅਸੂਲਾਂ ਨੂੰ ਵਰਤ ਕੇ ਉਹਨਾਂ ਦੀ ਹਸਤੀ ਦਾ ਸਬੂਤ ਦਿੰਦੇ ਰਹੇ ਨੇ। ਅਸੀਂ ਇਤਿਹਾਸ ਵਿੱਚ ਕਈ ਪੂਰਨ ਸਿੱਖਾਂ ਦਾ ਉੱਚੇ ਆਤਮਿਕ ਅਸੂਲਾਂ ਨੂੰ ਲੋੜ ਅਨੁਸਾਰ ਵਰਤਣ ਦਾ ਜ਼ਿਕਰ ਆਮ ਪੜ ਲਏ ਨੇ। ਹਾਂ, ਕਰਾਮਾਤ ਵਾਹਿਗੁਰੂ ਦੇ ਕਿਸੇ ਅਸੂਲ ਨੂੰ ਭੰਗ ਨਹੀਂ ਕਰਦੀ, ਸਗੋਂ ਵਾਹਿਗੁਰੂ ਦੇ ਬਣਾਏ ਹੋਰ ਉੱਚੇ ਆਤਮਿਕ ਅਸੂਲਾਂ ਦੀ ਹੋਂਦ ਦੀ ਦਲੀਲ ਹੁੰਦੀਆਂ ਨੇ। ਨਾਮ ਜਪਣ ਵਾਲੇ ਬੰਦੇ ਨੂੰ ਉੱਚੇ ਆਤਮਿਕ ਅਸੂਲਾਂ ਦਾ ਗਿਆਨ ਸੁਭਾਵਕ ਹੀ ਹੁੰਦਾ ਰਹਿੰਦਾ, ਤੇ ਜਿਵੇਂ ਜਿਵੇਂ ਇਹਨਾਂ ਦੇ ਭੁਲੇਖੇ ਦੀ ਅੱਖ ਖੁੱਲ੍ਹਦੀ ਏ, ਉਵੇਂ ਉਵੇਂ ਇਹ ਆਪਣੇ ਅੰਦਰ ਆਤਮਿਕ ਸ਼ਕਤੀਆਂ ਮਹਿਸੂਸ ਕਰਦੇ ਜਾਂਦੇ ਨੇ ਤੇ ਇੱਕ ਇਹੋ ਜਿਹੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਸਭ ਰਿਧੀਆਂ ਸਿੱਧੀਆਂ ਆਪਣਾ ਹੱਥ ਬੰਨ ਕੇ ਭਗਤ ਦੇ ਸਾਹਮਣੇ ਗੁਲਾਮ ਬਣੀਆਂ ਖੜੀਆਂ ਰਹਿੰਦੀਆਂ ਨੇ। ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਫੁਰਮਾਉਂਦੇ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਣੀ ਲਾਗੈ ਤਾਂ ਮਹਿਲ ਪਾਵੈ। ਜਾਂ ਸੋਰਠ ਰਾਗ ਵਿੱਚ ਆਖਦੇ ਨੇ, ਨਵ ਨਿਧੀ 18 ਹਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸਿਮਰਨ ਅਭਿਆਸੀ ਨੂੰ ਬੜੀਆਂ ਬੜੀਆਂ ਕਰਾਮਾਤਾਂ ਕਰਨ ਦੀ ਸਮਰੱਥਾ ਹਾਸਲ ਹੋ ਜਾਂਦੀ ਹੈ, ਪਰ ਆਮ ਤੌਰ ਤੇ ਗੁਰੂ ਘਰ ਵਿੱਚ ਇਹਨਾਂ ਤਾਕਤਾਂ ਵੱਲ ਬਹੁਤਾ ਧਿਆਨ ਦੇਣਾ ਜਾਂ ਇਹਨਾਂ ਨਾਲ ਮੋਹ ਪਾਉਣ ਤੋਂ ਰੋਕਿਆ ਗਿਆ, ਕਿਉਂਕਿ ਗੁਰੂ ਜੀ ਆਖਦੇ ਨੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਜੇ ਅਭਿਆਸੀ ਬੰਦਾ ਕਰਾਮਾਤਾਂ ਦੇਖਣ ਦਿਖਾਉਣ ਵਿੱਚ ਲੱਗ ਜਾਵੇ ਤਾਂ ਉਸ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਬਹੁਤੀ ਵਾਰ ਸਗੋਂ ਹੰਕਾਰ ਜਾਂ ਹਉਮੈ ਦਾ ਰੋਗ ਵੱਧ ਜਾਂਦਾ, ਜਿਸ ਨੂੰ ਮਾਰਨਾ ਹੀ ਬੰਦਗੀ ਦਾ ਨਿਸ਼ਾਨਾ ਹੈ। ਇਸ ਵਾਸਤੇ ਇਸ ਅਵਸਥਾ ਨੂੰ ਸੰਭਾਲ ਕੇ ਰੱਖਣਾ ਤੇ ਵਰਤਣਾ ਚਾਹੀਦਾ। ਹਾਂ, ਰੱਬੀ ਬਰਕਤਾਂ ਵਿੱਚ ਆਉਣ ਵਾਲੀਆਂ ਘਟਨਾਵਾਂ ਦਾ ਪਹਿਲੋਂ ਪਤਾ ਲੱਗ ਜਾਣਾ, ਦੂਜੇ ਦੇ ਦਿਲ ਦੀ ਗੱਲ ਬੁੱਝ ਲੈਣੀ, ਜਿਸ ਨੂੰ ਪਿਆਰ ਕਰਨਾ ਉਹ ਆਪਣੇ ਆਪ ਹੀ ਮੋਹਿਤ ਹੋ ਜਾਏ, ਜਿਸ ਤੇ ਨਾਰਾਜ਼ ਹੋਣਾ ਉਸਨੇ ਰੋਗੀ ਹੋ ਜਾਣਾ, ਜਾਂ ਉਂਝ ਹੀ ਕਿਸੇ ਦੇ ਬਾਰੇ ਵਿੱਚ ਜਿਹੜੀ ਵੀ ਦਿਲੀ ਇੱਛਾ ਪੂਰੀ ਕਰਨੀ ਉਹ ਪੂਰੀ ਹੋ ਜਾਣੀ, ਜਿਸ ਨੂੰ ਯਾਦ ਕਰਨਾ ਉਸਦਾ ਆ ਜਾਣਾ,
ਤੇ ਜਿਸ ਵੱਲ ਨਜ਼ਰ ਕਰਕੇ ਤੱਕਣਾ ਉਸਨੇ ਸਗੋਂ ਅੱਖਾਂ ਨੀਵੀਆਂ ਕਰ ਲੈਣੀਆਂ ਤੇ ਜਿਸ ਬਿਮਾਰ ਨੂੰ ਚਾਹੁਣਾ ਕਿ ਰਾਜ਼ੀ ਹੋ ਜਾਏ ਉਹ ਠੀਕ ਹੋ ਜਾਣਾ। ਇਹੋ ਜਿਹੀਆਂ ਅਨੇਕਾਂ ਛੋਟੀਆਂ ਛੋਟੀਆਂ ਤਾਕਤਾਂ ਮਾਮੂਲੀ ਅਵਸਥਾ ਦੇ ਅਭਿਆਸੀਆਂ ਵਿੱਚ ਵੀ ਪ੍ਰਗਟ ਹੋ ਜਾਂਦੀਆਂ ਨੇ। ਹਾਂ, ਇਸ ਕਿਸਮ ਦੇ ਗੁਰਮੁਖਾਂ ਅੱਗੇ ਬੇਨਤੀ ਹੈ ਕਿ ਜਿੱਥੋਂ ਤੱਕ ਹੋ ਸਕੇ ਆਤਮਿਕ ਤਾਕਤਾਂ ਨੂੰ ਆਪਣੇ ਨਿੱਜੀ ਫਾਇਦੇ ਵਾਸਤੇ ਜਾਂ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਵਰਤੀਦਾ, ਨਹੀਂ ਤਾਂ ਮਨ ਇਹਨਾਂ ਤਾਕਤਾਂ ਦੇ ਵਿੱਚ ਹੀ ਅਟਕ ਜਾਏਗਾ ਤੇ ਆਤਮਿਕ ਤਰੱਕੀ ਬੰਦ ਹੋ ਜਾਏਗੀ, ਜਿਸ ਕਰਕੇ ਤਾਕਤਾਂ ਵੀ ਜਾਂਦੀਆਂ ਰਹਿਣਗੀਆਂ ਤੇ ਕੀਤੀ ਕਮਾਈ ਵੀ ਵਿਅਰਥ ਹੋ ਜਾਵੇਗੀ। ਹਾਂ, ਪਰਉਪਕਾਰ ਵਾਸਤੇ ਕਦੀ ਕਦੀ ਮਹਾਂਪੁਰਸ਼ ਆਪਣੀਆਂ ਆਤਮਿਕ ਤਾਕਤਾਂ ਦੀ ਵਰਤੋਂ ਵੀ ਕਰ ਲੈਂਦੇ ਨੇ, ਪਰ ਦਿਖਾਵੇ ਵਾਸਤੇ ਜਾਂ ਖੁਦਗਰਜ਼ੀ ਵਾਸਤੇ ਕਰਾਮਾਤ ਵਿਖਾਉਣੀ ਇੱਕ ਹਾਨੀਕਾਰਕ ਅਵਸਥਾ ਹੈ ਜਿਸ ਤੋਂ ਬਚਣਾ ਚਾਹੀਦਾ। ਜਦੋਂ ਤੱਕ ਅਭਿਆਸੀ ਨੂੰ ਵਾਹਿਗੁਰੂ ਦੇ ਨਿਰਗੁਣ ਸਰੂਪ ਦਾ ਕਾਫੀ ਗਿਆਨ ਨਾ ਹੋ ਜਾਵੇ ਉਦੋਂ ਤੱਕ ਉਸ ਨੂੰ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਤੋਂ ਜ਼ਰੂਰ ਬਚਣਾ ਚਾਹੀਦਾ। ਇਹ ਅਭਿਆਸ ਦੇ ਵਧਣ ਨਾਲ ਵਧਦੀਆਂ ਜਾਂਦੀਆਂ ਨੇ ਤੇ ਅਭਿਆਸੀ ਨੂੰ ਖਿੱਚ ਪਾ ਕੇ ਪਰਮ ਆਨੰਦ ਦੀ ਆਖਰੀ ਪਦਵੀ ਵਿੱਚ ਲੀਨ ਹੋਣ ਤੋਂ ਰੋਕ ਦਿੰਦੀਆਂ ਨੇ। ਸੱਚ ਦੀ ਪ੍ਰਾਪਤੀ ਇੱਕ ਉੱਚੇ ਪਹਾੜ ਦੀ ਚੋਟੀ ਤੇ ਪਹੁੰਚਣਾ ਹੈ। ਅਭਿਆਸੀ ਜਿਵੇਂ ਜਿਵੇਂ ਚੜ੍ਹਦਾ ਉਵੇਂ ਉਵੇਂ ਉਸਦੀ ਥਕਾਨ ਵੱਧ ਜਾਂਦੀ ਹੈ ਤੇ ਠੰਡੀ ਹਵਾ ਦੇ ਬੁੱਲੇ, ਸੰਘਣੇ ਦਰਖਤਾਂ ਦੇ ਝੁੰਡ, ਪਾਣੀ ਦੇ ਚਸ਼ਮੇ ਉਸਨੂੰ ਆਪਣੇ ਵੱਲ ਖਿੱਚਦੇ ਤੇ ਪ੍ਰੇਰਦੇ ਨੇ। ਰਿੱਧੀਆਂ ਸਿੱਧੀਆਂ ਵੀ ਥੱਕੇ ਹੋਏ ਅਭਿਆਸੀ ਨੂੰ ਜਲਵੇ ਵਿਖਾ ਕੇ ਆਪਣੇ ਵੱਲ ਬੁਲਾਉਂਦੀਆਂ ਤੇ ਪ੍ਰੇਰਦੀਆਂ ਨੇ। ਜਿਹੜਾ ਅਭਿਆਸੀ ਇਹਨਾਂ ਦੇ ਜਾਲ ਵਿੱਚ ਫਸ ਜਾਏ ਉਹ ਪਹਾੜ ਦੀ ਉੱਚੀ ਤੇ ਆਖਰੀ ਚੋਟੀ ਤੇ ਪਹੁੰਚਣੋਂ ਰਹਿ ਜਾਂਦਾ। ਇਸ ਅਵਸਥਾ ਵਿੱਚ ਮੁਮਕਿਨ ਹੈ ਕਿ ਉਸਦਾ ਦਿਲ ਇਤਨਾ ਖੁੱਭੇ ਕਿ ਉਤਲੀ ਚੋਟੀ ਜਾਂ ਵਾਹਿਗੁਰੂ ਦੀ ਲੀਨਤਾ ਦਾ ਖਿਆਲ ਹੀ ਭੁੱਲ ਜਾਏ ਤੇ ਬਜਾਏ ਉਸਦੇ ਵਾਹਿਗੁਰੂ ਵਿੱਚ ਲੀਨ ਹੋਣ ਦੇ ਉਹ ਸਗੋਂ ਮਾਇਆ ਦੀਆਂ ਇਹਨਾਂ ਨੀਵੀਆਂ ਅਵਸਥਾਵਾਂ ਵਿੱਚ ਹੀ ਫਸ ਜਾਏ। ਇਸ ਵਾਸਤੇ ਕਿਸੇ ਵੀ ਅਭਿਆਸੀ ਨੂੰ ਬੜਾ ਖਬਰਦਾਰ ਤੇ ਹੁਸ਼ਿਆਰ ਰਹਿਣਾ ਚਾਹੀਦਾ। ਹਾਂ, ਇਸ ਲਈ ਸੁਨਹਿਰੀ ਅਸੂਲ ਇਹ ਹੈ ਕਿ ਆਪਣੇ ਸਵਾਰਥ, ਵਿਖਾਵੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਵਰਤੋਂ ਬਿਲਕੁਲ ਨਾ ਹੋਵੇ। ਹਾਂ, ਇਸ ਅਵਸਥਾ ਤੋਂ ਲੰਘਿਆ ਹੋਇਆ ਸੁਭਾਗੀ ਗੁਰਮੁਖ ਮਾਇਆ ਨੂੰ ਉੱਕਾ ਹੀ ਤਿਆਗ ਕੇ ਬ੍ਰਹਮ ਵਿੱਚ ਸਦਾ ਲਈ ਲੀਨ ਹੋ ਜਾਂਦਾ। ਸਮਾਧੀ। ਵੈਸੇ ਤਾਂ ਅਸੀਂ ਪਹਿਲਾਂ ਇਹ ਬੇਨਤੀ ਕਰ ਦਿੰਦੇ ਹਾਂ ਕਿ ਸਮਾਧੀ ਦੀ ਪੂਰੀ ਸਮਝ ਉੱਚੀ ਅਵਸਥਾ ਦੇ ਅਭਿਆਸੀਆਂ ਨੂੰ ਹੀ ਆ ਸਕਦੀ ਹੈ, ਪਰ ਇਸ ਦੇ ਬਾਵਜੂਦ ਅਭਿਆਸੀ ਸੱਜਣਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਦੇਰ ਜਾਂ ਸਵੇਰ ਜੇ ਉਹ ਲੱਗੇ ਰਹਿਣਗੇ ਤਾਂ ਉਹਨਾਂ ਨੂੰ ਵੀ ਇਹ ਅਵਸਥਾ ਜ਼ਰੂਰ ਹਾਸਲ ਹੋਵੇਗੀ। ਸਿਮਰਨ ਦੀ ਆਖਰੀ ਅਵਸਥਾ ਜਿਸ ਵਿੱਚ ਫੁਰਨਾ ਨਹੀਂ ਰਹਿੰਦਾ ਅਤੇ ਗਿਆਨ ਦੀ ਅਖੀਰੀ ਅਵਸਥਾ ਜਿੱਥੇ ਖੋਜ ਤੇ ਵਿਚਾਰ ਖਤਮ ਹੋ ਜਾਂਦੇ ਨੇ, ਜਦੋਂ ਆਪਸ ਵਿੱਚ ਮਿਲਣ ਤੇ ਇੱਕ ਅਵਸਥਾ ਬਣ ਜਾਣ ਤਾਂ ਇਸ ਤੋਂ ਸਮਾਧੀ ਦਾ ਦਰਜਾ ਪੈਦਾ ਹੁੰਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਨੇ, ਮਨ ਮੈਂ ਮਨੁਆ ਚਿੱਤ ਮਹਿ ਚੀਤਾ, ਐਸੇ ਹਰ ਕੇ ਲੋਕ
ਅਤੀਤਾ। ਮਨ ਨੂੰ ਕਿਸੇ ਹੋਰ ਅਗਲੀ ਖੋਜ ਦੀ ਖਾਹਿਸ਼ ਨਹੀਂ ਰਹਿੰਦੀ, ਆਪਣੇ ਆਪ ਵਿੱਚ ਹੀ ਮਗਨ ਤੇ ਸੰਪੂਰਨ ਹੋ ਜਾਂਦੀ ਹੈ। ਜਾਂ ਇਸ ਤਰ੍ਹਾਂ ਆਖੋ ਕਿ ਮਨ ਹੀ ਨਹੀਂ ਰਹਿੰਦਾ, ਮਨ ਮਰ ਜਾਂਦਾ ਹੈ। ਤੇ ਮਨ ਦੇ ਮਰਨ ਨਾਲ ਫੁਰਨੇ ਤੇ ਵਿਚਾਰਾਂ ਵੀ ਮਰ ਜਾਂਦੀਆਂ ਨੇ। ਸਤਿਗੁਰੂ ਜੀ ਆਖਦੇ ਨੇ, ਸਹਿਜ ਸਮਾਧ ਉਪਾਦ ਰਹਿਤ ਫੁਨ ਵੱਡੇ ਭਾਗ ਲਿਵ ਲਾਗੀ। ਇਸ ਅਵਸਥਾ ਵਿੱਚ ਆਵਾਜ਼ਾਂ ਪਏ ਮਾਰੋ, ਜੇ ਅਭਿਆਸੀ ਨਾ ਚਾਹੇ ਤਾਂ ਉਸਨੂੰ ਬਿਲਕੁਲ ਵੀ ਨਹੀਂ ਸੁਣਦਾ, ਕਿਉਂਕਿ ਉਸਦੀ ਸੁਰਤੀ ਕੰਨਾਂ ਨਾਲੋਂ ਵੱਖ ਹੋ ਜਾਂਦੀ ਹੈ। ਇਸ ਅਵਸਥਾ ਦੇ ਪਰਮ ਆਨੰਦ ਦਾ ਜਦੋਂ ਸਵਾਦ ਆ ਜਾਵੇ ਤਾਂ ਫਿਰ ਮੁੜ ਹੋਸ਼ ਜਾਂ ਵਿਚਾਰ ਦੇ ਮੰਡਲ ਵਿੱਚ ਆਉਣ ਨੂੰ ਚਿੱਤ ਨਹੀਂ ਕਰਦਾ। ਇੱਥੇ ਅਭਿਆਸੀ ਚਾਹੁੰਦਾ ਹੈ ਛਿਨ ਭਰ ਦੀ ਬੇਖੁਦੀ ਤੋਂ ਸਦਕੇ ਹਜ਼ਾਰ ਹੋਸ਼ਾਂ, ਬਿਗੜੀ ਬਣਾਉਣ ਵਾਲੇ ਹਸਤੀ ਮੇਰੀ ਮਿਟਾ ਦੇ। ਇਸ ਅਵਸਥਾ ਦੇ ਅਭਿਆਸੀ ਨੂੰ ਦੁਨੀਆਂ ਦੀ ਸਾਰੀ ਖੇਡ ਬੱਚਿਆਂ ਦੀ ਖੇਡ ਲੱਗਦੀ ਹੈ, ਜਿਸ ਨੂੰ ਫਿਰ ਖੇਡਣ ਦਾ ਦਿਲ ਨਹੀਂ ਚਾਹੁੰਦਾ। ਜਿਵੇਂ ਵਿਆਹੀ ਕੁੜੀ ਆਪਣੀਆਂ ਕੁਆਰੀਆਂ ਸਹੇਲੀਆਂ ਦੀਆਂ ਗੁੱਡੀਆਂ ਜਾਂ ਪਟੋਲਿਆਂ ਦੀਆਂ ਖੇਡਾਂ ਉੱਤੇ ਹੱਸਦੀ ਹੈ, ਉਸੇ ਤਰ੍ਹਾਂ ਇਸ ਅਵਸਥਾ ਦਾ ਅਭਿਆਸੀ ਦੁਨੀਆਂ ਦੇ ਰਾਜਿਆਂ, ਅਮੀਰਾਂ, ਫਿਲਾਸਫਰਾਂ, ਕਵੀਆਂ, ਮੁਸੱਵਰਾਂ ਤੇ ਉਹਨਾਂ ਦੇ ਫਿੱਕੇ ਸ਼ੁਗਲਾਂ ਤੇ ਹੱਸਦਾ ਤੇ ਆਪਣੇ ਲਈ ਬੇਲੋੜੇ ਸਮਝਦਾ। ਇੱਥੇ ਭੁੱਖ, ਨੀਂਦ, ਪਿਆਸ ਆਦਿਕ ਸਭ ਜ਼ਰੂਰੀ ਲੋੜਾਂ ਵੀ ਨਹੀਂ ਰਹਿੰਦੀਆਂ। ਸ੍ਰੀ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ। ਬਸ ਅਭਿਆਸ ਵਿੱਚ ਬੈਠੇ ਰਹਿਣ ਨੂੰ ਜੀ ਕਰਦਾ ਰਹਿੰਦਾ। ਇਸ ਅਵਸਥਾ ਵਿੱਚ ਅਭਿਆਸੀ ਦੇ ਸਰੀਰ ਨੂੰ ਦੁੱਖ, ਸੁੱਖ, ਪਾਲਾ ਜਾਂ ਗਰਮੀ ਕੁਝ ਵੀ ਨਹੀਂ ਪਾਉਂਦਾ। ਉਸ ਨੂੰ ਹਵਾ ਤੇ ਸਵਾਸਾਂ ਦੀ ਲੋੜ ਵੀ ਨਹੀਂ ਰਹਿੰਦੀ, ਕਿਉਂਕਿ ਉਸਦਾ ਸਰੀਰ ਨਾਲੋਂ ਸੰਬੰਧ ਉੱਕਾ ਹੀ ਟੁੱਟ ਚੁੱਕਾ ਹੁੰਦਾ। ਇਸ ਅਵਸਥਾ ਦੇ ਪੂਰਨ ਅਭਿਆਸੀ ਆਪਣੀ ਖੁਸ਼ੀ ਨਾਲ ਆਪਣੀ ਆਤਮਾ ਨੂੰ ਆਪਣੇ ਸਰੀਰ ਨਾਲੋਂ ਅਲੱਗ ਕਰ ਸਕਦੇ ਨੇ। ਜਿੱਥੇ ਸਰੀਰ ਕਿਸੇ ਬਾਹਰੀ ਕੱਪੜੇ ਦੀ ਤਰ੍ਹਾਂ ਵੱਖ ਪਿਆ ਰਹਿੰਦਾ ਤੇ ਆਪ ਉਹ ਕਿੰਨਾ ਕਿੰਨਾ ਚਿਰ ਸਰੀਰ ਤੋਂ ਬਾਹਰ ਸੂਖਮ ਮੰਡਲ ਦੀ ਸੈਰ ਕਰ ਸਕਦੇ ਨੇ, ਜਿੱਥੇ ਸਰੀਰ ਦੀ ਪਹੁੰਚ ਨਹੀਂ ਹੁੰਦੀ। ਇਹ ਗੱਲ ਅਕਲ ਦੇ ਦਾਇਰੇ ਤੋਂ ਬਾਹਰ ਹੈ। ਕੇਵਲ ਇਸ ਅਵਸਥਾ ਵਿੱਚ ਪਹੁੰਚ ਕੇ ਹੀ ਇਸ ਸੱਚਾਈ ਦਾ ਪਤਾ ਲੱਗਦਾ ਤੇ ਫਿਰ ਹੀ ਬੰਦਾ ਇਸ ਸੱਚਾਈ ਨੂੰ ਪ੍ਰਵਾਨ ਕਰ ਸਕਦਾ। ਇਸ ਅਵਸਥਾ ਵਿੱਚ ਆਤਮਾ ਦਾ ਸਰੀਰ ਉੱਤੇ ਪੂਰਨ ਹੁਕਮ ਅਤੇ ਕਬਜ਼ਾ ਹੁੰਦਾ। ਸਰੀਰ ਆਤਮਾ ਦਾ ਹੁਕਮੀ ਬੰਦਾ ਬਣ ਜਾਂਦਾ। ਜਿਹੜੇ ਮਹਾਂਪੁਰਸ਼ ਇਸ ਅਵਸਥਾ ਦੇ ਮਾਲਕ ਨੇ ਉਹ ਜਾਣਦੇ ਨੇ ਕਿ ਜੇ ਆਤਮਾ ਚਾਹੇ ਤਾਂ ਸਰੀਰ ਬਿਲਕੁਲ ਹਲਕਾ ਹੋ ਸਕਦਾ। ਇਸ ਦਾ ਵਜ਼ਨ ਆਪਣੇ ਆਪ ਵਿੱਚ ਹੀ ਇਸ ਤਰ੍ਹਾਂ ਐਡਜਸਟ ਹੋ ਜਾਂਦਾ ਕਿ ਜ਼ਮੀਨ ਉੱਤੇ ਭਾਰ ਵੀ ਨਹੀਂ ਰਹਿੰਦਾ।
ਜੇ ਆਤਮਾ ਚਾਹੇ ਤਾਂ ਸਰੀਰ ਪਵਨ ਰੂਪ ਹੋ ਜਾਂਦਾ ਤਾਂ ਕਿ ਆਮ ਲੋਕਾਂ ਨੂੰ ਨਜ਼ਰ ਨਾ ਆਵੇ। ਪਰ ਇਹ ਗੱਲ ਫਿਰ ਦਿਮਾਗੀ ਚਾਰ ਦੀਵਾਰੀ ਵਿੱਚ ਫਸੇ ਇਨਸਾਨ ਨਹੀਂ ਸਮਝ ਸਕਦੇ। ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਇੰਸ ਨੇ ਵੀ ਤੇ ਫਿਲਾਸਫਰਾਂ ਨੇ ਵੀ ਇਹ ਗੱਲ ਆਮ ਪ੍ਰਸਿੱਧ ਕਰ ਦਿੱਤੀ ਹੈ ਕਿ ਸਾਡੇ ਖਿਆਲਾਂ ਦਾ ਅਸਰ ਸਾਡੇ ਸਰੀਰ ਦੀ ਬਣਾਵਟ ਉੱਤੇ ਪੂਰਨ ਪ੍ਰਭਾਵ ਪਾ ਦਿੰਦਾ ਹੈ। ਇਹ ਸਰੀਰ ਹੈ ਹੀ ਸਾਡੇ ਖਿਆਲਾਂ ਜਾਂ ਸਾਡੇ ਸੰਕਲਪਾਂ ਦਾ ਨਤੀਜਾ। ਜਦੋਂ ਗਿਆਨ ਹੋ ਜਾਏ ਤਾਂ ਭਰੋਸਾ, ਯਕੀਨ ਤੇ ਇਸ ਵਿਸ਼ਵਾਸ ਤੋਂ ਪੈਦਾ ਹੋਈਆਂ ਸਭ ਸ਼ਕਤੀਆਂ ਆਪਣੇ ਆਪ ਆ ਕੇ ਅਭਿਆਸੀ ਵਿੱਚ ਨਿਵਾਸ ਕਰਦੀਆਂ ਨੇ। ਅਭਿਆਸੀ ਦੀ ਇੱਛਾ ਮੁਤਾਬਕ ਇਹ ਸਰੀਰ ਰੰਗ ਬਦਲ ਲੈਂਦਾ ਤੇ ਜੇ ਅਭਿਆਸੀ ਚਾਹੇ ਤਾਂ ਪੰਜ ਭੂਤਕ ਸਰੀਰ ਨੂੰ ਤੱਤਾਂ ਵਿੱਚ ਮਿਲਾ ਕੇ ਆਪ ਨਿੱਜ ਆਤਮਾ ਰੂਪ ਵਿੱਚ ਲੀਨ ਹੋ ਸਕਦਾ। ਇਹ ਗੱਲ ਆਤਮ ਗਿਆਨੀਆਂ ਦੀ ਸਮਝ ਵਿੱਚ ਹੀ ਆ ਸਕਦੀ ਹੈ। ਮੇਰਾ ਆਪਣਾ ਅਭਿਆਸ ਇੱਥੋਂ ਤੱਕ ਹਾਲਾ ਨਹੀਂ, ਪਰ ਜੋ ਕੁਝ ਮੈਨੂੰ ਅਨੁਭਵ ਦੇ ਨੇਤਰਾਂ ਨਾਲ ਦਿਸਦਾ ਉਸ ਤੋਂ ਮੇਰਾ ਪੂਰਨ ਨਿਸ਼ਚੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਦੀ ਵਿੱਚ ਕਈ ਦਿਨ ਅਲੋਪ ਰਹਿ ਸਕਦੇ ਸਨ, ਆਪਣੀ ਖੁਸ਼ੀ ਨਾਲ ਆਪਣੇ ਸਰੀਰ ਦਾ ਤਿਆਗ ਕਰ ਸਕਦੇ ਸਨ ਅਤੇ ਆਪਣੇ ਸਰੀਰ ਦੇ ਅੰਤਿਮ ਸੰਸਕਾਰ ਜਾਂ ਦਬਾਉਣ ਸੰਬੰਧੀ ਲੋਕਾਂ ਦੇ ਝਗੜਨ ਉੱਤੇ ਉਸ ਸਰੀਰ ਨੂੰ ਆਤਮਿਕ ਸ਼ਕਤੀ ਦੇ ਨਾਲ ਹੀ ਤੱਤਾਂ ਵਿੱਚ ਅਲੋਪ ਕਰ ਸਕਦੇ ਸਨ। ਆਖਿਰ ਅਸੀਂ ਵੀ ਤੇ ਸਰੀਰ ਨਾਲ ਇਹਾ ਕੁਝ ਕਰਦੇ ਹਾਂ ਨਾ। ਆਤਮਾ ਦੇ ਸਰੀਰ ਛੱਡ ਜਾਣ ਮਗਰੋਂ ਅੱਗ ਦੇ ਰਾਹੀਂ ਸਰੀਰ ਨੂੰ ਪੰਜਾਂ ਤੱਤਾਂ ਵਿੱਚ ਹੀ ਮਿਲਾ ਦਿੰਦੇ ਹਾਂ। ਅਭਿਆਸੀ ਜਨ ਆਤਮਿਕ ਸ਼ਕਤੀ ਦੇ ਨਾਲ ਮਿਲਾ ਦਿੰਦੇ ਨੇ। ਇਸ ਅਵਸਥਾ ਦਾ ਸਬੂਤ ਭਗਤ ਕਬੀਰ ਜੀ ਦੇ ਇਸ ਕਥਨ ਤੋਂ ਮਿਲਦਾ ਹੈ, ਪਵਨ ਰੂਪ ਹੋਏ ਜਾਵੇਂਗੇ। ਸਮਾਧੀ ਦੀ ਬਹੁਤ ਡੂੰਘੀ ਹਾਲਤ ਵਿੱਚ ਪਹੁੰਚ ਕੇ ਅਭਿਆਸੀ ਵਾਸਤੇ ਸਪੇਸ, ਟਾਈਮ ਐਂਡ ਕੈਜੁਐਲਿਟੀ ਭਾਵ ਦੇਸ਼, ਕਾਲ ਅਤੇ ਕਾਰਨ ਦੀ ਕੋਈ ਕੈਦ ਨਹੀਂ ਰਹਿੰਦੀ। ਉਹ ਆਪਣੀ ਆਤਮਾ ਨੂੰ ਸਰਬ ਵਿਆਪਕ ਪਰਮਾਤਮਾ ਵਿੱਚ ਬਿਲਕੁਲ ਅਭੇਦ ਵੇਖਦਾ। ਜਿਸ ਤਰ੍ਹਾਂ ਸਾਡਾ ਖਿਆਲ ਜਿੱਥੇ ਚਾਹੇ ਇੱਕ ਛਿਨ ਵਿੱਚ ਹੀ ਉੱਥੇ ਪਹੁੰਚ ਜਾਂਦਾ ਤੇ ਸੁਪਨੇ ਵਿੱਚ ਸਾਡਾ ਸੂਖਮ ਸਰੀਰ ਜਿੱਥੇ ਚਾਹੇ ਬਿਨਾਂ ਫਾਸਲੇ ਜਾਂ ਵਕਤ ਦੀ ਕੈਦ ਦੇ ਪਹੁੰਚ ਸਕਦਾ। ਇਸੇ ਤਰ੍ਹਾਂ ਅਭਿਆਸੀ ਜਾਗ੍ਰਿਤ ਅਵਸਥਾ ਵਿੱਚ ਸਰੀਰ ਸਮੇਤ ਜਿੱਥੇ ਚਾਹੇ ਉੱਥੇ ਪਹੁੰਚ ਸਕਦਾ। ਭਾਵੇਂ ਅੱਜ ਕੱਲ ਦੇ ਦਲੀਲ ਅਤੇ ਅਕਲ ਦੇ ਗੁਲਾਮ, ਵਿਸ਼ਵਾਸਹੀਨ, ਪੜ੍ਹੇ ਲਿਖੇ ਸੱਜਣ ਇਹਨਾਂ ਆਤਮਿਕ ਗੱਲਾਂ ਨੂੰ ਨਾ ਸਮਝਦੇ ਹੋਏ ਇਹਨਾਂ ਗੱਲਾਂ ਦਾ ਸੰਭਵ ਹੋਣਾ ਨਹੀਂ ਮੰਨਦੇ, ਪਰ ਜਦੋਂ ਉਹ ਸਿਮਰਨ ਦੇ ਰਾਹੀਂ ਜ਼ਰਾ ਉੱਚੀਆਂ ਆਤਮਿਕ ਅਵਸਥਾਵਾਂ ਵਿੱਚ ਪਹੁੰਚਣਗੇ ਤਾਂ ਉਹਨਾਂ ਨੂੰ ਆਤਮਾ ਦੀਆਂ ਤਾਕਤਾਂ ਦਾ ਬਿਨਾਂ ਕਿਸੇ ਦਲੀਲ ਦੇ, ਬਿਨਾਂ ਕਿਸੇ ਦੇ ਸਮਝਾਉਣ ਦੇ ਖੁਦ ਬਖੁਦ ਯਕੀਨ ਆ ਜਾਵੇਗਾ। ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਕਈ ਦਿਨ ਨਦੀ ਵਿੱਚ ਗਾਇਬ ਰਹਿਣ ਮਗਰੋਂ ਜਿਉਂਦੇ ਜੀ ਬਾਹਰ ਆਉਣ ਤੇ ਬੇਬੇ ਨਾਨਕੀ ਦੇ ਯਾਦ ਕਰਨ ਤੇ ਬੜੀ ਦੂਰੋਂ ਦੂਰੋਂ ਭਾਈ ਮਰਦਾਨੇ ਸਮੇਤ ਬੇਬੇ ਜੀ ਕੋਲ
ਪਹੁੰਚਣ ਦੀਆਂ ਸਾਖੀਆਂ ਨੂੰ ਬਿਲਕੁਲ ਹੀ ਸੰਭਵ ਸਮਝਣਾ। ਉਹ ਸੱਜਣ ਜਿਹੜੇ ਇਤਿਹਾਸ ਵਿੱਚੋਂ ਇਹੋ ਜਿਹੀਆਂ ਸਾਖੀਆਂ ਇਸ ਵਾਸਤੇ ਕੱਢਣਾ ਚਾਹੁੰਦੇ ਨੇ ਕਿ ਉਹ ਖੁਦ ਤੇ ਆਮ ਲੋਕ ਇਹਨਾਂ ਸਾਖੀਆਂ ਦੇ ਸੰਭਵ ਹੋਣ ਵਿੱਚ ਸ਼ੱਕ ਕਰਦੇ ਨੇ। ਉਹ ਨਾਮ ਦੀ ਮਹਿਮਾ, ਆਤਮਾ ਦੀ ਤਾਕਤ ਅਤੇ ਪਾਸੀਬਿਲਟੀਜ਼, ਸਾਧੂ ਦੀਆਂ ਆਤਮਿਕ ਸ਼ਕਤੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨਾਲ ਬੜੀ ਬੇਇਨਸਾਫੀ ਕਰਦੇ ਨੇ। ਸ਼ਾਇਦ ਉਹ ਨਹੀਂ ਜਾਣਦੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਖਿਆਲ ਨੂੰ ਇਸ ਤਰ੍ਹਾਂ ਸਪਸ਼ਟ ਕਰ ਦਿੱਤਾ ਸੀ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਰਹਾਓ, ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦੀਤਾ, ਸਿੰਘ ਬਿਲਾਈ ਹੋਏ ਗਇਓ ਤ੍ਰਿਣ ਮੇਰ ਦਿਖੀਤਾ, ਸ਼ਰਮ ਕਰਤੇ ਦਮ ਆਡਕਉ ਤੇ ਗਣੀ ਤਨੀਤਾ, ਕਵਨ ਵਡਾਈ ਕਹਿ ਸਕਉ ਬੇਅੰਤ ਗੁਣੀਤਾ, ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਾਰ ਸਰੀਤਾ। ਆਤਮਿਕ ਗਿਆਨ ਜੋ ਕਿ ਦੁਨੀਆਂ ਦੇ ਸਭ ਗਿਆਨਾਂ ਨਾਲੋਂ ਮੁਸ਼ਕਲ ਤੇ ਬੜਾ ਭੇਦ ਭਰਿਆ, ਇਸ ਨੂੰ ਸਮਝਣ ਵਾਸਤੇ ਜ਼ਿੰਦਗੀ ਦਾ ਥੋੜੇ ਤੋਂ ਥੋੜਾ ਵਕਤ ਵੀ ਨਾ ਦਿੰਦਿਆਂ ਇਸ ਗਿਆਨ ਨੂੰ ਮਖੌਲ ਕਰਨਾ ਜਾਂ ਸੱਚੇ ਗੁਰਮੁਖਾਂ ਜਾਂ ਸੰਤਾਂ ਸਾਧੂਆਂ ਨੂੰ ਮਖੌਲ ਕਰਨਾ, ਇਹ ਬਹੁਤ ਅਣਿਆਮ ਵਾਲੀ ਗੱਲ ਹੈ। ਭਾਈ ਭਜਨ ਅਥਵਾ ਬੰਦਗੀ ਤਾਂ ਇਹੋ ਜਿਹੀ ਇੱਕ ਖਿੱਚ ਏ ਜਿਸ ਵੱਲ ਅੱਜ ਤੱਕ ਕੋਈ ਐਸਾ ਪੁਰਸ਼ ਨਹੀਂ ਜੋ ਸ਼ਰਧਾ ਨਾਲ ਝੁਕਿਆ ਹੋਵੇ ਤੇ ਫਿਰ ਨਿਰਾਸ਼ ਹੋਇਆ ਹੋਵੇ। ਨਾਸਤਕ ਤਾਂ ਅਨੇਕਾਂ ਹੋਏ ਨੇ ਜਿਨ੍ਹਾਂ ਨੇ ਰੱਬ ਨੂੰ ਮਿਲਣ ਵਾਸਤੇ ਸੱਚੀ ਕੋਸ਼ਿਸ਼ ਕੀਤੀ ਤੇ ਰੱਬ ਦੇ ਦਰਸ਼ਨ ਕਰਕੇ ਬੜੇ ਭਗਤ ਜਾਂ ਪੂਰੇ ਆਸਤਕ ਬਣ ਗਏ। ਪਰ ਐਸਾ ਕੋਈ ਆਦਮੀ ਨਹੀਂ ਜੇ ਜਿਸ ਨੇ ਬੰਦਗੀ ਕੀਤੀ ਹੋਵੇ ਤੇ ਉਸ ਨੂੰ ਸੁੱਖ ਸਹਿਜ ਤੇ ਆਨੰਦ ਦੀ ਪ੍ਰਾਪਤੀ ਨਾ ਹੋਈ ਹੋਵੇ। ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਵਾਹਿਗੁਰੂ ਵੱਲ ਇੱਕ ਕਦਮ ਤੁਰੀਏ, ਇੱਕ ਸੱਚਾ ਹੰਭਲਾ ਮਾਰੀਏ, ਉਸ ਦਾ ਫਲ ਉਸੇ ਵੇਲੇ ਆਨੰਦ, ਸ਼ਾਂਤੀ ਅਤੇ ਧੀਰਜ ਦੀ ਸ਼ਕਲ ਵਿੱਚ ਮਿਲ ਜਾਂਦਾ ਹੈ। ਇਸੇ ਲਈ ਇਸ ਮਾਰਗ ਤੇ ਤੁਰਿਆ ਹੋਇਆ ਕੋਈ ਵੀ ਕਦਮ ਨਿਸਫਲ ਨਹੀਂ ਜਾਂਦਾ। ਬੰਦਗੀ ਵਿੱਚ ਪੂਰਾ ਹੋਣਾ ਭਾਵੇਂ ਕਠਿਨ ਕੰਮ ਹੈ ਪਰ ਅਸੰਭਵ ਬਿਲਕੁਲ ਨਹੀਂ। ਜਿਵੇਂ ਚੰਗਾ ਕਵੀ, ਚੰਗਾ ਲਿਖਾਰੀ, ਚਿੱਤਰਕਾਰ, ਡਾਕਟਰ ਜਾਂ ਇੰਜੀਨੀਅਰ ਬਣਨਾ ਬੇਹੱਦ ਕੋਸ਼ਿਸ਼ ਦਾ ਨਤੀਜਾ ਹੁੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਸੱਚਾ ਭਗਤ ਬਣਨਾ ਵੀ ਕੋਈ ਆਸਾਨ ਕੰਮ ਥੋੜਾ ਹੈ। ਬੜੀ ਮਿਹਨਤ, ਧੀਰਜ ਅਤੇ ਆਪਣੀਆਂ ਕਮਜ਼ੋਰੀਆਂ ਨਾਲ ਲੜਾਈਆਂ ਤੋਂ ਬਾਅਦ ਕਿਤੇ ਇਹ ਦਰਜਾ ਹਾਸਲ ਹੁੰਦਾ ਹੈ। ਪਰ ਭਗਤ ਲੋਕ
ਬੰਦਗੀ ਦੀਆਂ ਬੜੀਆਂ ਕਠਿਨ ਮੰਜ਼ਲਾਂ ਵਿੱਚੋਂ ਲੰਘਦੇ ਹੋਏ ਵੀ ਹੋਸ਼ ਪ੍ਰਸੰਨ ਤੇ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਰਹਿੰਦੇ ਨੇ। ਉਹ ਸਮਝਦੇ ਨੇ ਕਿ ਉਹਨਾਂ ਨੇ ਕੋਈ ਕੋਸ਼ਿਸ਼ ਜਾਂ ਮਿਹਨਤ ਕੀਤੀ ਹੀ ਨਹੀਂ, ਬਸ ਸਭ ਵਾਹਿਗੁਰੂ ਦੀ ਮਿਹਰ ਹੀ ਸੀ। ਉਹ ਵੇਖਦੇ ਨੇ ਕਿ ਉਹਨਾਂ ਦੀ ਹਰ ਕੋਸ਼ਿਸ਼ ਦੇ ਬਦਲੇ ਉਹਨਾਂ ਨੂੰ ਕਈ ਗੁਣਾ ਜ਼ਿਆਦਾ ਆਨੰਦ, ਸ਼ਾਬਾਸ਼ ਤੇ ਹੌਸਲਾ ਮਿਲਦਾ ਰਿਹਾ। ਇਸੇ ਵਾਸਤੇ ਉਹ ਨਿਰਮਾਣ ਵੀ ਰਹਿੰਦੇ ਨੇ। ਇੱਕ ਵਾਰ ਦੀ ਗੱਲ ਏ, ਮੈਂ ਰਾਤ ਸਮੇਂ ਬੰਦਗੀ ਵਿੱਚ ਬੈਠਿਆਂ ਕਿਸੇ ਮੁਸ਼ਕਲ ਦੇ ਹੱਲ ਨਾ ਹੋਣ ਤੇ ਜ਼ਾਰ ਜ਼ਾਰ ਰੋ ਰਿਹਾ ਸਾਂ। ਅੱਥਰੂਆਂ ਨਾਲ ਮੇਰੀ ਕਮੀਜ਼ ਗਿੱਲੀ ਹੋ ਗਈ। ਤਾਂ ਹੀ ਮੇਰੀ ਆਤਮਾ ਵਿੱਚੋਂ ਇੱਕ ਤਰੰਗ ਜਿਹੀ ਉੱਠੀ ਤੇ ਹੌਲੀ ਹੌਲੀ ਵੱਡੀ ਹੁੰਦੀ ਗਈ, ਇੱਥੋਂ ਤੱਕ ਕਿ ਇਸ ਨੇ ਮੇਰੀ ਆਤਮਾ ਨੂੰ ਆਪਣੀ ਜੱਫੀ ਵਿੱਚ ਵਲੇਟ ਲਿਆ, ਪਿਆਰ ਨਾਲ ਘੁੱਟਿਆ ਤੇ ਸਨੇਹ ਦਿੱਤਾ। ਮੈਨੂੰ ਮਹਿਸੂਸ ਹੋਇਆ ਜਿਵੇਂ ਇਸ ਆਤਮਿਕ ਤਰੰਗ ਨੇ ਮੈਨੂੰ ਪਿਆਰ ਦੀ ਗਲਵਕੜੀ ਪਾਈ ਹੋਈ ਹੈ। ਬਸ ਇਸ ਜੱਫੀ ਵਿੱਚ ਉਹਾ ਹੀ ਆਨੰਦ ਸੀ ਜਿਹੜਾ ਬਚਪਨ ਵਿੱਚ ਮਾਂ ਪਿਓ ਦੀ ਗਲਵਕੜੀ ਨੂੰ ਵੀ ਮਾਤ ਕਰ ਰਿਹਾ ਸੀ। ਇਹ ਆਤਮਿਕ ਤਰੰਗ ਮੇਰੇ ਅਥਰੂ ਪੂੰਝਦੀ, ਚੁੰਮਦੀ, ਸਿਰ ਤੇ ਹੱਥ ਫੇਰਦੀ ਤੇ ਦਿਲਾਸਾ ਦਿੰਦੀ ਜਾਪਦੀ ਸੀ। ਇਸੇ ਅਵਸਥਾ ਵਿੱਚ ਹੀ ਮੈਂ ਸੌਂ ਗਿਆ, ਜਾਂ ਇਸ ਤਰ੍ਹਾਂ ਆਖੋ ਕਿ ਸੁਖ ਨੀਂਦਰੇ ਦੀ ਅਵਸਥਾ ਵਿੱਚ ਰਾਤ ਭਰ ਪਿਆਰਿਆ। ਬਸ ਸਵੇਰ ਹੁੰਦਿਆਂ ਹੀ ਮੇਰੀ ਸਾਰੀ ਮੁਸ਼ਕਲ ਹੱਲ ਹੋਈ ਪਈ ਸੀ। ਇਸ ਮੁਸ਼ਕਲ ਦਾ ਹੱਲ ਹੋਣਾ ਮੇਰੀ ਇਨਸਾਨੀ ਅਕਲ ਵਾਸਤੇ ਇੱਕ ਬਹੁਤ ਹੈਰਾਨੀ ਵਾਲੀ ਗੱਲ ਸੀ, ਜਿਸ ਗੱਲ ਨੂੰ ਮੈਂ ਇੱਕ ਦਿਨ ਪਹਿਲਾਂ ਅਸੰਭਵ ਸਮਝਦਾ ਸਾਂ, ਉਹ ਗੱਲ ਮੇਰੀਆਂ ਅੱਖਾਂ ਦੇ ਸਾਹਮਣੇ ਸੰਭਵ ਹੋਈ ਪਈ ਸੀ। ਜੋਤੀ ਜੋਤ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਨਾਸਰੀ ਰਾਗ ਵਿੱਚ ਬੜਾ ਪਾਵਨ ਬਚਨ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਹਰੇਕ ਇਨਸਾਨ ਵਿੱਚ ਜੋਤ ਦਾ ਪ੍ਰਕਾਸ਼ ਹੈ। ਇਸੇ ਜੋਤ ਦੇ ਪ੍ਰਕਾਸ਼ ਤੋਂ ਸਾਡਾ ਸਾਰਿਆਂ ਦਾ ਸਰੀਰ, ਮਟੀਰੀਅਲਿਸਟਿਕ ਬਾਡੀ, ਇਹ ਹਰ ਵੇਲੇ ਤੁਰਦਾ ਫਿਰਦਾ, ਦਿਮਾਗ ਸੋਚਦਾ ਤੇ ਸਾਡੀ ਜ਼ਿੰਦਗੀ ਕਾਇਮ ਹੈ। ਅਭਿਆਸੀ ਬੰਦੇ ਨੂੰ ਉਤਲੀਆਂ ਮੰਜ਼ਲਾਂ ਵਿੱਚ ਇਸ ਜੋਤ ਦੇ ਝਲਕੇ ਪੈਣੇ ਸ਼ੁਰੂ ਹੋ ਜਾਂਦੇ ਨੇ। ਬੈਠਿਆਂ ਬੈਠਿਆਂ ਆਪਣੇ ਆਪ ਵਿੱਚ ਬਿਜਲੀ ਦੀ ਲਿਸ਼ਕ ਵਰਗਾ ਲਿਸ਼ਕਾਰਾ ਮਾਰਦੀ ਦਿਸਦੀ ਹੈ, ਪਰ ਇਸ ਲਿਸ਼ਕ ਵਿੱਚ ਗਰਮੀ ਦੀ ਬਜਾਏ ਕਮਾਲ ਦੀ ਸੀਤਲਤਾ ਹੁੰਦੀ ਹੈ। ਅਭਿਆਸ ਦੇ ਪਹਿਲੇ ਆ ਰਹੇ ਆਨੰਦ ਵਿੱਚੋਂ ਇੱਕ ਨਵੇਂ ਇਲਾਹੀ ਆਨੰਦ ਦਾ ਸਵਾਦ ਪ੍ਰਤੀਤ ਹੋ ਜਾਂਦਾ ਹੈ। ਇਸ ਲਿਸ਼ਕਾਰੇ ਮਗਰੋਂ ਫਿਰ ਪਹਿਲੀ ਹਾਲਤ ਵਿਆਪਕ ਹੋ ਜਾਂਦੀ ਹੈ। ਫਿਰ ਬੈਠਿਆਂ ਬੈਠਿਆਂ ਲਿਸ਼ਕਾਰਾ ਆਉਂਦਾ ਤੇ ਆਨੰਦ ਵਿੱਚੋਂ ਮਹਾਂ ਆਨੰਦ ਦਾ ਸਵਾਦ ਚੱਕੀਦਾ। ਅਭਿਆਸੀ ਮਸਤ ਹੋ ਜਾਂਦਾ, ਵਿਸਮਾਦ ਵਿੱਚ ਹੋ ਜਾਂਦਾ। ਬਾਹਰ ਦੀ ਦੁਨੀਆਂ ਵੱਲੋਂ ਬੇਕਾਰ ਆਦਮੀ ਜਪਦਾ, ਪਰ ਅੰਤਰ ਆਤਮਾ ਵਿੱਚ ਸੁੱਖਾਂ ਦੇ ਖਜ਼ਾਨੇ ਖੁੱਲ ਜਾਂਦੇ ਨੇ।
ਇਸ ਅਵਸਥਾ ਵਿੱਚ ਜੇਕਰ ਮਾਤਾ ਪਿਤਾ ਜਾਂ ਇਸਤਰੀ ਜਾਂ ਕੋਈ ਹੋਰ ਰਿਸ਼ਤੇਦਾਰ ਆ ਕੇ ਸਦਾ ਚੁੱਪ ਰਹਿਣ ਦਾ, ਇਕਾਂਤ ਵਿੱਚ ਵਿਹਲੇ ਬੈਠੇ ਰਹਿਣ ਦਾ ਜਾਂ ਕੰਮ ਕਾਰ ਵਿੱਚ ਦਿਲ ਨਾ ਲੱਗਣ ਦਾ ਕਾਰਨ ਪੁੱਛੇ ਤਾਂ ਬੜਾ ਸਵਾਦ ਆਉਂਦਾ ਹੈ। ਅਸਲ ਵਿੱਚ ਅਭਿਆਸੀ ਆਪਣੀ ਅੰਦਰਲੀ ਦੌਲਤ ਨੂੰ ਲੁਕਾਉਂਦਾ ਤੇ ਟਾਲ ਮਟੋਲ ਕਰਕੇ ਸੱਜਣਾ ਮਿੱਤਰਾਂ ਨੂੰ ਤਸੱਲੀ ਦਿਵਾਉਂਦਾ ਤੇ ਰਿਸ਼ਤੇਦਾਰਾਂ ਦੇ ਗੁੱਸੇ ਗਿਲੇ ਦੂਰ ਕਰ ਦਿੰਦਾ। ਅਭਿਆਸ ਦੇ ਵਧਣ ਨਾਲ ਇਹ ਨੂਰੀ ਲਿਸ਼ਕਾਰੇ ਛੇਤੀ ਹੀ ਆਉਣ ਲੱਗ ਪੈਂਦੇ ਨੇ ਤੇ ਅਖੀਰ ਵਿੱਚ ਨਿਰੰਜਨੀ ਜੋਤ ਦੇ ਸਾਖਿਆਤ ਦਰਸ਼ਨ ਹੋ ਜਾਂਦੇ ਨੇ। ਹਾਂ, ਇਸ ਜੋਤ ਵੱਲ ਇੱਕ ਛਿਣ ਤੋਂ ਵੱਧ ਤੱਕਿਆ ਨਹੀਂ ਜਾਂਦਾ ਕਿਉਂਕਿ ਇਸ ਦਾ ਸੂਰਜ ਨਾਲੋਂ ਵੀ ਵਧੇਰੇ ਤੇਜ ਹੁੰਦਾ, ਪਰ ਗਰਮੀ ਤੋਂ ਰਹਿਤ ਸ਼ੀਤਲਤਾ ਅਤੇ ਆਨੰਦ ਦਾ ਸੋਮਾ ਜਾਪਦਾ। ਇਹ ਜੋਤ ਜ਼ਿੰਦਗੀ ਦਾ ਸਾਰ ਜਾਂ ਨਿਰੋਲ ਜੀਵਨ ਰੂਪ ਪਸਦੀ, ਜਿਸ ਵਿੱਚੋਂ ਪ੍ਰੇਮ, ਕਿਰਪਾਲਤਾ, ਨਿਰਭੈਤਾ, ਨਿਰਵੈਰਤਾ ਅਤੇ ਸਰਬ ਸ਼ਕਤੀਮਾਨਤਾ ਫੁੱਟ ਫੁੱਟ ਕੇ ਨਿਕਲਦੇ ਨੇ। ਇਹ ਇਹਨਾਂ ਸਭ ਖੂਬੀਆਂ ਦਾ ਸਾਰ ਜਾਂ ਵਜੂਦ ਜਾਪਦੀ ਹੈ। ਇਸ ਜੋਤ ਦੇ ਐਨ ਅੰਦਰ ਕੁਝ ਹਰਕਤ ਜਾਂ ਹਿਲਣਾ ਪ੍ਰਤੀਤ ਹੁੰਦਾ, ਜਿਵੇਂ ਨੂਰ ਦਾ ਸੋਮਾ ਫੁੱਟ ਰਿਹਾ ਹੁੰਦਾ। ਕਦੇ ਕਦੇ ਇਸ ਦੇ ਸੈਂਟਰ ਵਿੱਚ ਇਨਸਾਨੀ ਅੱਖ ਵਾਂਗ ਇੱਕ ਨੇਤਰ ਦਿਖਾਈ ਦਿੰਦਾ, ਜਿਸ ਨੇਤਰ ਵਿੱਚੋਂ ਇਹ ਜਾਗਦੀ ਜੋਤ ਕੁਝ ਅਜੀਬ ਮਿਹਰ ਭਰੀ ਨਜ਼ਰ ਨਾਲ ਤੱਕਦੀ ਤੇ ਮੁਸਕਰਾਉਂਦੀ। ਸਭ ਖੰਡਾਂ ਬ੍ਰਹਿਮੰਡਾਂ ਕੁੱਲ ਸ੍ਰਿਸ਼ਟੀ ਦਾ ਸੋਮਾ ਇਹਾ ਜੋਤ ਜਾਗਦੀ ਜੋਤ ਹੈ। ਇਸੇ ਤੋਂ ਉਤਪੰਨ ਹੋ ਕੇ ਇਸੇ ਵੱਲ ਜਾਣ ਬੁੱਝ ਕੇ ਜਾਂ ਅਣਜਾਣ ਪੁਣੇ ਵਿੱਚ ਸਭ ਇਸੇ ਵੱਲ ਜਾ ਰਹੇ ਨੇ। ਆਤਮਿਕ ਸਫ਼ਰ ਦੀ ਇਹਾ ਮੰਜ਼ਿਲ ਹੈ, ਇਹਾ ਨਿਸ਼ਾਨ ਹੈ। ਇਸ ਜੋਤ ਵਿੱਚ ਜਾਪ ਸਾਹਿਬ ਵਿੱਚ ਲਿਖੇ ਅਕਾਲ ਪੁਰਖ ਦੇ ਸਾਰੇ ਗੁਣ ਪ੍ਰਤੀਤ ਹੁੰਦੇ ਨੇ। ਇਹ ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਪ੍ਰਤੱਖ ਅਤੇ ਸਾਫ਼ ਦਿਸਦੀ। ਨਾਨਕ ਕਾ ਪਾਤਸ਼ਾਹ ਦਿਸੈ ਜ਼ਹਰਾ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਨੇ। ਅਭਿਆਸੀ ਬੰਦਾ ਆਪਣੇ ਆਪ ਨੂੰ ਇਸ ਜਾਗਦੀ ਜੋਤ ਦਾ ਇੱਕ ਹਿੱਸਾ ਸਮਝਦਾ ਤੇ ਇੱਕ ਕਿਰਨ ਦੀ ਤਰ੍ਹਾਂ ਇਸ ਜੋਤ ਨਾਲ, ਇਸ ਸੱਚ ਦੇ ਸੂਰਜ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਵੇਖਦਾ। ਫਿਰ ਸਮਝ ਆਉਂਦੀ ਏ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿਉਂ ਆਖਿਆ ਸੀ। ਫਿਰ ਅਸਲ ਵਿੱਚ ਆਪਣੇ ਗੁਰੂ ਦੀ ਕਦਰ ਤੇ ਵਡਿਆਈ ਵੀ ਸਹੀ ਅਰਥਾਂ ਵਿੱਚ ਇੱਥੇ ਹੀ ਸਮਝ ਵਿੱਚ ਆਉਂਦੀ। ਨਿਰਮਾਣਤਾ ਭਰੀ ਖੁਸ਼ੀ ਦੇ ਅਥਰੂ ਵਗਦੇ ਨੇ ਤੇ ਅਭਿਆਸੀ ਦੇ ਲੂਣ ਵਿੱਚੋਂ ਆਵਾਜ਼ ਨਿਕਲਦੀ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇੱਕ ਵਾਰ ਦੀ ਗੱਲ, ਇਹ ਬੜਾ ਭਾਰੀ ਦੀਵਾਨ ਲੱਗਾ ਹੋਇਆ ਸੀ। ਇੱਕ ਪਾਸੇ ਬੀਬੀਆਂ ਤੇ ਦੂਜੇ ਪਾਸੇ ਸਿੰਘ ਬੈਠੇ ਹੋਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਚੀ ਥਾਂ ਤੇ ਪ੍ਰਕਾਸ਼ ਹੋਇਆ ਹੋਇਆ ਸੀ ਤੇ ਐਸੇ ਸਤਿਗੁਰੂ ਦੀ ਤਾਬਿਆ ਬਾਬਾ ਅਤਰ ਸਿੰਘ ਜੀ ਮਹਾਰਾਜ ਛੋਟੀ ਸਫੈਦ ਦਸਤਾਰ ਬੰਨ ਕੇ, ਕਾਲੀ ਕੰਬਲੀ ਓੜ ਕੇ, ਅੱਧ ਮੀਟੀਆਂ ਅੱਖਾਂ ਨਾਲ
ਬਿਰਾਜਮਾਨ ਸਨ। ਉਹਨਾਂ ਦੇ ਚਿਹਰੇ ਤੇ ਬੜਾ ਜਲਾਲ ਠਾਠਾ ਮਾਰ ਰਿਹਾ ਸੀ। ਸ਼ਾਇਦ ਇਹ ਕਿਸੇ ਵਿਦਿਅਕ ਕਾਨਫਰੰਸ ਦੇ ਸਮੇਂ ਧਾਰਮਿਕ ਦੀਵਾਨ ਦਾ ਸਮਾਂ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਰਿਹਾ ਕਿਉਂਕਿ ਮੈਂ ਬਹੁਤ ਛੋਟਾ ਹੁੰਦਾ ਸਾਂ। ਰਾਗੀਆਂ ਦਾ ਕੀਰਤਨ ਸਮਾਪਤ ਹੋਣ ਮਗਰੋਂ ਬਾਬਾ ਜੀ ਨੂੰ ਸੰਗਤ ਵੱਲੋਂ ਬੇਨਤੀ ਹੋਈ ਕਿ ਬਾਬਾ ਜੀ ਸ਼ਬਦ ਪੜ੍ਹਨ। ਆਪ ਨੇ ਉਦੋਂ ਮਸਤਾਨੀ ਦਿਲ ਖਿੱਚਵੀਂ ਆਵਾਜ਼ ਵਿੱਚ ਪੜ੍ਹਿਆ, ਜਾਗਦੀ ਜੋਤ ਨੂੰ ਜਪੋ ਖਾਲਸਾ ਜੀ। ਇਸ ਤੁਕ ਦਾ ਪਹਿਲਾ ਹਿੱਸਾ ਜਾਗਦੀ ਜੋਤ ਨੂੰ ਬੀਬੀਆਂ ਪੜ੍ਹਦੀਆਂ ਸਨ ਤੇ ਦੂਜਾ ਹਿੱਸਾ ਜਪੋ ਖਾਲਸਾ ਜੀ ਸਿੰਘ ਪੜ੍ਹਦੇ ਸਨ। ਦਰਅਸਲ ਬਾਬਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਵੱਈਏ ਨੂੰ ਪੜ੍ਹ ਰਹੇ ਸਨ। ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਦੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਜਿਵੇਂ ਜਿਵੇਂ ਸੰਗਤਾਂ ਇਸ ਤੁਕ ਨੂੰ ਪੜ੍ਹਦੀਆਂ ਸਨ ਤਿਉਂ ਤਿਉਂ ਇਹ ਜਾਗਦੀ ਜੋਤ ਜਿਵੇਂ ਮੇਰੀਆਂ ਅੱਖਾਂ ਸਾਹਮਣੇ ਨੱਚ ਰਹੀ ਸੀ। ਉਦੋਂ ਮੈਨੂੰ ਕੁਝ ਬਹੁਤੀ ਸਮਝ ਨਹੀਂ ਸੀ, ਪਰ ਇਸ ਕੌਥਕ ਨੂੰ ਮੈਂ ਬੜੀ ਹੈਰਾਨੀ ਨਾਲ ਵੇਖਦਾ ਤੇ ਖੁਸ਼ੀ ਵਿੱਚ ਬੇਸੁੱਧ ਹੁੰਦਾ ਜਾਂਦਾ ਸਾਂ। ਇੱਕ ਕੋਨੇ ਵਿੱਚ ਬੈਠਾ ਮੈਂ ਬਾਬਾ ਅਤਰ ਸਿੰਘ ਜੀ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ ਸਾਂ ਤੇ ਮੇਰੇ ਲੂੰ ਲੂੰ ਨੂੰ ਇਹ ਵਾਲੀ ਪੰਗਤੀ ਨੂਰੋ ਨੂਰ ਕਰ ਰਹੀ ਸੀ। ਅਭਿਆਸੀ ਨੂੰ ਜਦੋਂ ਆਪਣਾ ਤੇ ਇਸ ਨਿਰੰਜਨੀ ਜੋਤ ਦਾ ਸੰਬੰਧ ਮਲੂਮ ਹੋ ਜਾਏ ਤਾਂ ਉਸਨੂੰ ਅਜੀਬ ਤਸੱਲੀ ਤੇ ਧੀਰਜ ਆ ਜਾਂਦਾ ਹੈ। ਉਸਨੂੰ ਜ਼ਿੰਦਗੀ ਦਾ ਸੋਮਾ ਤੇ ਸੋਮੇ ਨਾਲ ਆਪਣਾ ਅਟੁੱਟ ਸੰਬੰਧ ਲੱਭ ਪੈਂਦਾ ਹੈ। ਉਸਨੂੰ ਯਕੀਨ ਆ ਜਾਂਦਾ ਕਿ ਉਸੇ ਨਿਰੰਜਨੀ ਜੋਤ ਨਾਲ ਕੋ ਐਗਜ਼ਿਸਟ ਕਰਦਾ ਹੈ, ਭਾਵ ਇਸੇ ਕਰਕੇ ਹੀ ਜੀਵਨ ਜਿਉਂਦਾ ਹੈ। ਉਸ ਜੀਵਨ ਰੂਪ ਨਿਰੰਜਨੀ ਜੋਤ ਦੇ ਸਾਹਮਣੇ ਖਲੋ ਕੇ ਵਿਗਸਦਾ ਤੇ ਫਿਰ ਮਾਣ ਨਾਲ ਕਹਿੰਦਾ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਬਚਨ ਆਸਾ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 391 ਤੇ ਦਰਜ ਨੇ। ਫਿਰ ਅਭਿਆਸੀ ਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਛੱਡਣ ਮਗਰੋਂ ਉਸ ਨੇ ਇਸੇ ਨਿਰੰਜਨੀ ਜੋਤ ਵਿੱਚ ਇੱਕ ਕਿਰਨ ਦੀ ਤਰ੍ਹਾਂ ਸਮਾ ਜਾਣਾ ਤੇ ਉਹ ਕਦੀ ਕਦੀ ਆਪਣੇ ਆਪ ਨੂੰ ਇਸ ਨਿਰੰਜਨੀ ਜੋਤ ਵਿੱਚ ਅਲੋਪ ਕਰਕੇ ਇਸ ਜੀਵਨ ਵਿੱਚ ਮਰਨ ਤੋਂ ਬਾਅਦ ਦੀ ਹਾਲਤ ਦਾ ਤਜਰਬਾ ਕਰਦਾ। ਮੌਤ ਉਸਨੂੰ ਹੁਣ ਹਨੇਰਾ ਘੁੱਪ ਨਹੀਂ ਲੱਗਦੀ, ਸਗੋਂ ਹਮੇਸ਼ਾ ਜ਼ਿੰਦਗੀ ਦਾ ਵਸੀਲਾ ਜਾਪਦੀ ਹੈ। ਭਗਤ ਕਬੀਰ ਸਾਹਿਬ ਸੱਚ ਆਖਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਸਨੂੰ ਮੌਤ ਦਾ ਦਿਨ ਬੜਾ ਸ਼ੁਭ ਦਿਹਾੜਾ ਤੇ ਸ਼ਗਨਾਂ ਵਾਲਾ ਤੇ ਕਰਮਾਂ ਵਾਲਾ ਮੁਬਾਰਕ ਦਿਨ ਲੱਗਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਆਖਦੇ ਨੇ, ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇਹੇ ਆਵਨ।
ਆਮ ਤੌਰ ਤੇ ਜੋਤੀ ਜੋਤ ਮਿਲ ਜਾਣ ਦਾ ਮਤਲਬ ਸਰੀਰ ਛੱਡ ਜਾਣਾ ਜਾਂ ਮਰ ਜਾਣਾ ਸਮਝਿਆ ਜਾਂਦਾ। ਪਰ ਅਭਿਆਸੀ ਇਸ ਸਰੀਰ ਵਿੱਚ ਰਹਿੰਦਿਆਂ ਹੀ ਜੋਤੀ ਵਿੱਚ ਜੋਤ ਮਿਲਣ ਦਾ ਆਨੰਦ ਹਾਸਲ ਕਰਦਾ। ਆਪ ਜੀਵਨ ਮੁਕਤ ਹੋ ਕੇ ਪਰਉਪਕਾਰ ਵਿੱਚ ਬਾਕੀ ਦਾ ਸਰੀਰਕ ਜੀਵਨ ਬਿਤਾਉਂਦਾ ਤੇ ਅੰਦਰਲੀ ਜਗ ਦੀ ਜੋਤ ਨਾਲ ਅਨੇਕਾਂ ਬੁੱਝੀਆਂ ਹੋਈਆਂ ਜੋਤਾਂ ਨੂੰ ਜਗਾਉਂਦਾ ਤੇ ਫਿਰ ਟਿਮ ਟਿਮਾਉਂਦੀਆਂ ਜੋਤਾਂ ਨੂੰ ਪ੍ਰਕਾਸ਼ਵਾਨ ਬਣਾ ਦਿੰਦਾ। ਸਮਾਂ ਆਉਣ ਤੇ ਖੁਦ ਇਸੇ ਜੋਤ ਵਿੱਚ ਅਸਲ ਅਰਥਾਂ ਵਿੱਚ ਲੀਨ ਹੋ ਜਾਂਦਾ। ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਨੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਦੀ ਐਲੀਮੈਂਟਸ ਆਫ ਮੈਟਾਫਿਜ਼ਿਕਸ ਵਿੱਚ ਪਾਲ ਡਸਨ ਇਸ ਤਰ੍ਹਾਂ ਵਰਣਨ ਕਰਦਾ, ਸੰਸਾਰ ਵਿੱਚ ਨਾ ਤੇ ਸੂਰਜ, ਨਾ ਤਾਰੇ, ਨਾ ਬਿਜਲੀ, ਨਾ ਧਰਤੀ ਦੀ ਅੱਗ ਆਪਣੇ ਆਪ ਚਮਕਦੀ ਏ। ਇਹ ਸਾਰਾ ਕੁਛ ਉਸ ਰੌਸ਼ਨ ਪ੍ਰਕਾਸ਼ ਪਰਮ ਆਤਮਾ ਦੇ ਪ੍ਰਤਾਪ ਨਾਲ ਚਮਕ ਰਹੀਆਂ ਨੇ। ਉਸ ਰੌਸ਼ਨੀ ਤੋਂ ਲੈ ਕੇ ਸਾਰਾ ਸੰਸਾਰ ਰੌਸ਼ਨ ਹੈ। ਇਹ ਜੋਤ ਵੀ ਵਾਹਿਗੁਰੂ ਜੀ ਦਾ ਇੱਕ ਸਰਗੁਣ ਸਰੂਪ ਹੀ ਹੈ, ਜਿਸ ਤੋਂ ਸਾਰਾ ਬ੍ਰਹਿਮੰਡ ਉਤਪੰਨ ਹੁੰਦਾ। ਮੈਂ ਇਸੇ ਜੋਤ ਨੂੰ ਈਸ਼ਵਰ ਸਮਝਦਾ। ਇਸ ਤੋਂ ਪਰੇ ਵਾਹਿਗੁਰੂ ਆਪਣੇ ਨਿਰਗੁਣ ਰੂਪ ਰੇਖ ਰੰਗ ਤੋਂ ਰਹਿਤ ਰੂਪ ਵਿੱਚ ਬਿਰਾਜਦਾ। ਜਿਸ ਗਿਆਨ ਅਤੇ ਜਿਸ ਨਾਲ ਪਰਚਾ ਵੀ ਅਭਿਆਸੀ ਦੀ ਆਖਰੀ ਮੰਜ਼ਲ ਹੈ। ਅਭਿਆਸੀ ਇਸ ਨਿਰਗੁਣ ਸਰੂਪ ਨੂੰ ਅਨੁਭਵ ਕਰਦਾ ਤੇ ਇਸ ਵਿੱਚ ਲੀਨ ਹੁੰਦਾ ਹੁੰਦਾ ਇੱਕ ਦਿਨ ਇਸ ਸੱਤ ਚਿੱਤ ਆਨੰਦ ਸਰੂਪ ਦਾ ਵਾਸੀ ਹੋ ਜਾਂਦਾ। ਇੱਥੇ ਇਹ ਜ਼ਿਕਰ ਕਰ ਦੇਣਾ ਵਾਧੂ ਨਹੀਂ ਹੋਵੇਗਾ ਕਿ ਮੁਕਤੀ ਦੇ ਸੰਬੰਧ ਵਿੱਚ ਮਹਾਤਮਾ ਵਿੱਚ ਦੋ ਖਿਆਲ ਪ੍ਰਸਿੱਧ ਨੇ। ਕਈ ਆਖਦੇ ਨੇ ਮੁਕਤੀ ਤਾਂ ਚੇਤਨਤਾ ਤੋਂ ਰਹਿਤ ਅਵਸਥਾ ਹੈ, ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਸਟੇਟ ਆਫ ਨੋ ਕੌਂਸ਼ੀਅਸਨੈਸ ਕਹਿੰਦੇ ਹਾਂ। ਜਾਂ ਫਿਰ ਕਈ ਆਖਦੇ ਨੇ ਮੁਕਤੀ ਤਾਂ ਇੱਕ ਹੱਦ ਦਰਜੇ ਦੀ ਚੇਤਨਤਾ ਹੈ, ਭਾਵ ਵਾਸਟਲੀ ਇਨਹਾਂਸਡ ਕੌਂਸ਼ੀਅਸਨੈਸ ਇਹ ਵਾਲੀ ਅਵਸਥਾ ਹੈ। ਹਾਂ, ਪੂਰਨ ਅਭਿਆਸੀ ਇਹਨਾਂ ਦੋਹਾਂ ਅਵਸਥਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਦੋਹਾਂ ਦੀ ਸੱਚਾਈ ਤੋਂ ਜਾਣੂ ਹੁੰਦਾ। ਜਿਵੇਂ ਗੁਰੂ ਜੀ ਨੇ ਆਖਿਆ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ।